ਭਾਈ ਸਾਡੇ ਗੋਬਿੰਦ ਸਪੋਰਟਸ ਕਲੱਬ ਦੇ ਸਾਡੇ ਪ੍ਰਧਾਨ ਸਾਹਿਬ ਬੀ ਐਸ ਪੀ ਸਰਦਾਰ ਸਰਬਜੀਤ ਸਿੰਘ ਜੀ ਬਾਈ ਆ ਉਹ ਪੂਰਾ ਦੀ ਸੇਹ ਦੇ ਵਿੱਚ ਅਸੀਂ ਸਾਰੇ ਨੌਜਵਾਨ ਤੌਰ ਤੇ ਇਹ ਟੂਰਨਾਮੈਂਟ ਦਾ ਆਰਗਨਾਈਜ਼ ਕਰ ਰਹੇ ਹਾਂ ਅਤੇ ਉਹ ਥੋੜ੍ਹੇ ਜਿਹੇ ਤੁਹਾਨੂੰ ਆਪਣੇ ਸ਼ਬਦਾਂ ਦਾ ਦੱਸਣਗੇ ਗੋਬਿੰਦ ਸੋਹਲ ਸਪੋਰਟਸ ਕਲੱਬ ਕੁੱਕੜ ਪਿੰਡ ਕੁੱਕੜ ਪਿੰਡ ਵਾਸੀ ਸਾਡੇ ਐਨ ਆਰ ਆਈ ਵੀ ਗ੍ਰਾਮ ਪੰਚਾਇਤ ਔਰ ਮੇਰੇ ਨਾਲ ਖੜ੍ਹੇ ਸਪੋਰਟਸ ਕਲੱਬ ਦੇ ਮੇਰੇ ਸਾਥੀ ਅਸੀਂ ਇਹ ਟੂਰਨਾਮੈਂਟ ਸਾਡੇ ਪਹਿਲਾਂ ਵੱਡੇ ਪਿਛਲੇ 32 ਸਾਲਾਂ ਤੋਂ ਕਰਾ ਰਹੇ ਹਾਂ ਔਰ ਪਿਛਲੇ 2 ਸਾਲ ਕੁਛ ਬ੍ਰੇਕ ਪੈ ਗਈ ਸੀਗੀ ਪਰੰਤੂ ਹੁਣ ਸਾਰੇ ਪਿੰਡ ਦੇ ਨੌਜਵਾਨਾਂ ਨੇ ਫਿਰ ਦੁਬਾਰਾ ਉਪਰਾਲਾ ਕੀਤਾ ਅਤੇ ਸਾਰਿਆਂ ਨੇ ਹੁਣ ਵਾਅਦਾ ਕੀਤਾ ਵੀ ਆਉਣ ਵਾਲੇ ਸਮੇਂ 'ਚ ਪੱਕੀਆਂ ਡੇਟਾਂ ਰੱਖੋ ਔਰ ਸਾਡੇ ਐਨ ਆਰ ਆਈ ਵੀਰਾਂ ਦੀ ਵੀ ਇਹ ਡਿਮਾਂਡ ਸੀ ਵੀ ਟੂਰਨਾਮੈਂਟ ਦੀਆਂ ਕੋਈ ਪੱਕੀਆਂ ਡੇਟਾਂ ਹੋਣੀਆਂ ਚਾਹੀਦੀਆਂ ਜਿਹਦੇ ਨਾਲ ਅਸੀਂ ਵੀ ਪਿੰਡ ਦੇ ਇਸ ਉਪਰਾਲੇ 'ਚ ਸਹਿਯੋਗ ਕਰ ਸਕੀਏ ਔਰ ਇਹਦਾ ਪਾਰਟ ਬਣ ਸਕੀਏ ਔਰ ਇਸ ਕਰਕੇ ਸਾਰਿਆਂ ਨੇ ਸਲਾਹ ਕੀਤੀ ਔਰ ਉਸ ਤੋਂ ਬਾਅਦ ਫਰਵਰੀ ਦਾ ਜਿਹੜਾ ਵੀ ਲਾਸਟ ਸੰਡੇ ਹੋਏਗਾ ਆਉਣ ਵਾਲੇ ਸਮੇਂ 'ਚ 4 ਦਿਨ ਦਾ ਇਹ ਜਿਹੜਾ ਟੂਰਨਾਮੈਂਟ ਆ ਉਹ ਹੋਇਆ ਕਰੇਗਾ ਜਿਸ ਤਰ੍ਹਾਂ ਵੀ ਕਲੱਬ ਦੇ ਮੈਂਬਰਸ ਔਰ ਐਨ ਆਰ ਆਈ ਸਾਡੇ ਜਿਹੜੇ ਮੈਂਬਰਸ ਆ ਉਹਨਾਂ ਦੀ ਸਲਾਹ ਦੇ ਨਾਲ ਕਿਹੜੇ ਕਿਹੜੇ ਈਵੈਂਟਸ ਕਰਾਉਣੇ ਆ ਵਧਾਉਣੇ ਆ ਜਾਂ ਘਟਾਉਣੇ ਆ ਪ੍ਰਾਈਜ਼ ਬਾਰੇ ਵੀ ਪ੍ਰੋਪਰ ਉਹਦੀ ਮੀਟਿੰਗਸ ਤੋਂ ਬਾਅਦ ਡਿਸਾਈਡ ਹੋਇਆ ਕਰੇਗਾ ਔਰ ਇਸੇ ਤਰ੍ਹਾਂ ਹੀ ਸਾਡੇ ਜਿਹੜਾ ਪਿਛਲੇ 3 ਸਾਲ ਤੋਂ ਅਕੈਡਮੀ ਵੀ ਚੱਲਦੀ ਹੈ ਹਾਕੀ ਅਕੈਡਮੀ ਚੱਲਦੀ ਆ ਉਹਦੇ ਨਾਲ ਵੀ ਪੂਰਨ ਸਹਿਯੋਗ ਦੇ ਨਾਲ ਆਉਣ ਵਾਲੇ ਸਮੇਂ 'ਚ ਵੀ ਉਹ ਇਸੇ ਤਰ੍ਹਾਂ ਹੀ ਅਕੈਡਮੀ ਵੀ ਚੱਲਦੀ ਰਹੂਗੀ ਅਕੈਡਮੀ ਦੇ ਨਾਲ ਹੀ ਇਸ ਅਕੈਡਮੀ ਕਰਕੇ ਹੀ ਸਾਡੀ ਗਰਾਊਂਡ ਦੇ ਵਿੱਚ ਦੁਬਾਰਾ ਰੌਣਕ ਹੋਈ ਹੈ ਔਰ ਮੈਂ ਸਾਰੇ ਨਗਰ ਨੂੰ ਔਰ ਸਾਰੇ ਹੀ ਐਨ ਆਰ ਆਈ ਵੀਰਾਂ ਨੂੰ ਧੰਨਵਾਦ ਵੀ ਕਰਦਾ ਔਰ ਉਹਨਾਂ ਦੇ ਉਪਰਾਲੇ ਜਿਹੜੇ ਟੂਰਨਾਮੈਂਟ ਲਈ ਔਰ ਅਕੈਡਮੀ ਲਈ ਔਰ ਹੋਰ ਨਗਰ ਦੇ ਕੰਮਾਂ ਲਈ ਉਹ ਆਪਣਾ ਆਪਣਾ ਯੋਗਦਾਨ ਪਾ ਰਹੇ ਆ ਔਰ ਮੈਂ ਸਾਰੇ ਐਨ ਆਰ ਆਈ ਵੀਰਾਂ ਨੂੰ ਔਰ ਨਗਰ ਨੂੰ ਵਿਸ਼ਵਾਸ ਦਿਵਾਉਣਾ ਵੀ ਸਾਡਾ ਸਪੋਰਟਸ ਕਲੱਬ ਉਹਨਾਂ ਨੂੰ ਪੂਰਨ ਸਹਿਯੋਗ ਦੇਵੇਗਾ ਜਿਸ ਤਰ੍ਹਾਂ ਦਾ ਵੀ ਉਹ ਸਹਿਯੋਗ ਸਾਡੇ ਤੋਂ ਡਿਮਾਂਡ ਕਰਨਗੇ ਸਾਡੇ ਬਜ਼ੁਰਗ ਜੇ ਕੋਈ ਪਿੰਡ ਦੇ ਵੈਲਫੇਅਰ ਦਾ ਕੰਮ ਆ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਕੰਮ ਆ ਸਾਡੇ ਆ ਇਹ ਸਪੋਰਟਸ ਕਲੱਬ ਉਹਨਾਂ ਨਾਲ ਪੂਰਨ ਸਹਿਯੋਗ ਕਰੇਗਾ ਔਰ ਸਾਰੇ ਸਾਡੇ ਇਸ ਕਲੱਬ ਦੇ ਨੌਜਵਾਨ ਮੈਂਬਰ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਸਾਰਿਆਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਪਰਮਾਤਮਾ ਤੋਂ ਦੁਆ ਕਰਦਾ ਕਿ ਸਾਡਾ ਨਗਰ ਤਰੱਕੀ ਕਰੇ ਖੁਸ਼ਹਾਲ ਹੋਵੇ ਔਰ ਸਾਡੇ ਬੱਚੇ ਜਿਹੜੇ ਕੋਈ ਗਲਤ ਰਾਹ 'ਤੇ ਵੀ ਪਏ ਆ ਸਪੋਰਟਸ ਹੀ ਜ਼ਰੀਆ ਆ ਜਿਹਦੇ ਨਾਲ ਅਸੀਂ ਤੰਦਰੁਸਤ ਪਲੱਸ ਨਸ਼ਿਆਂ ਦੇ ਦਲਦਲ ਤੋਂ ਵੀ ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾ ਸਕਦੇ ਹਾਂ ਔਰ ਮੈਂ ਉਮੀਦ ਕਰਦਾ ਸਾਰਾ ਨਗਰ ਬੇਸ਼ੱਕ ਉਹ ਬਾਹਰ ਬੈਠੇ ਆ
चाहे इत्थे बैठे आ पिंड दी भले लई ही धड़कदा है। और मैं दोबारा फिर बेनती करदा भी इह जिहड़े पिंड दे वैलफेयर दे काम आ जां स्पोर्ट्स दे काम आ ਉਹ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਾਰਾ ਨਗਰ ਇਕੱਠਾ ਹੋ ਕੇ ਕਰੇ, ਜਿਹਦੇ ਨਾਲ ਸਾਡੀ ਏਕਤਾ ਬਣੀ ਰਹੇ ਔਰ ਸਾਡਾ ਨਗਰ ਖੁਸ਼ਹਾਲ ਹੋਵੇ। ਧੰਨਵਾਦ। ਤਿੰਨ ਦਿਨਾਂ ਦਾ ਡਾਟਾ ਧੰਦੀ ਬਹੁਤ ਹੈ, ਦਿਖਾਈ ਹੈ ਇੱਥੇ ਹਲੇ ਮੈਂ ਦੋ ਘੰਟੇ। ਹਾਂਜੀ ਅੱਜ ਦਾ ਫਾਈਨਲ ਬਾਕੀ ਹੈ, ਮੇਰੀ ਬੇਨਤੀ ਹੈ ਕੱਕੜ ਪਿੰਡ ਦੇ ਪਲੇਅਰਾਂ ਨੂੰ ਵੀ ਗਰਾਊਂਡ ਦੇ ਵਿੱਚ ਆਵੇ, ਮੇਰੀ ਬੇਨਤੀ ਹੈ ਭਾਈ ਰਾਜੂ ਹੁਣਾਂ ਨੂੰ ਹਾਂਜੀ ਅਮਰਪਾਲ ਸਿੰਘ ਪਾਲਾ ਜੀ USA ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ, ਤੇ ਨਾਲ ਸਾਡੇ ਅਮਰਜੀਤ ਸਿੰਘ ਜੀ ਜਗਜੀਤ ਸਿੰਘ ਜੀ ਬਿੱਟੂ ਫਗਵਾੜੇ ਤੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਮਨਦੀਪ ਸਿੰਘ ਜੀ USA ਵਾਲੇ ਕਨੇਡਾ ਵਾਲੇ ਮਨਦੀਪ ਸਿੰਘ ਜੀ ਕਨੇਡਾ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਜਿੰਨੇ ਵੀ ਸਾਡੇ ਪ੍ਰਵਾਸੀ ਭਾਰਤੀ ਕਨੇਡਾ ਅਮਰੀਕਾ ਨਿਊਜ਼ੀਲੈਂਡ ਦੇ ਵਿੱਚ ਬੈਠੇ ਨੇ, ਜਿਹੜੇ ਆਈ ਦੇ ਖੇਡ ਮੇਲੇ ਨੂੰ ਯੋਗਦਾਨ ਦੇ ਰਹੇ ਨੇ, ਉਹਨਾਂ ਸਾਰੇ ਪ੍ਰਵਾਸੀ ਭਾਰਤੀਆਂ ਨੂੰ ਮੁਬਾਰਕਬਾਦ ਦਿੱਤੀ ਜਾ ਰਹੀ ਹੈ। ਫਾਈਨਲ ਬਾਕੀ ਹੈ, ਫਾਈਨਲ ਦੀਆਂ ਟੀਮਾਂ ਜਿਹੜੀਆਂ ਤਿਆਰ ਨੇ, 15-2-15 ਦਾ ਜਿਹੜਾ ਸਮਾਂ ਹੋਵੇਗਾ ਇਸ ਮੈਚ ਦਾ, ਰਿਖੀ ਸਾਹਿਬ ਕਹਿੰਦੇ 15-2-15 ਦਾ ਸਮਾਂ ਹੈ। ਸੋ ਸਾਰੇ ਨਾਲ ਭਰਾਵਾਂ ਦਾ ਜਿੰਨੇ ਵੀ ਯਾਰ ਦੋਸਤ ਆਏ ਆ ਸਾਰਿਆਂ ਨੂੰ ਜੀਆਂ ਨੂੰ ਆਖਿਆ ਜਾ ਰਿਹਾ ਹੈਪੀ ਸਿੱਧੀ ਲੰਬੜਦਾਰ, ਸਾਰੇ ਵੀਰਾਂ ਦਾ ਧੰਨਵਾਦ ਹੈ। ਮੋਗੋ ਦੀਆਂ ਰੇਡਾਂ ਦੇ 500 ਰੇਡ, ਇੱਕੋ ਰੇਡ ਜਿਹੜੀ ਮੋਗੋ ਦੀ 500 ਦੀ ਹੋਵੇਗੀ ਸਾਡੇ ਬਾਈ ਹੈਪੀ ਦੇ ਵੱਲੋਂ, 500 ਰੁਪਇਆ ਹੈਪੀ ਮੋਟੇ ਦੀ ਰੇਡ ਦੇ ਉੱਪਰ ਹੋਵੇਗਾ, ਹੈਪੀ ਮੋਟਾ ਨਿੱਜਰ। ਹਾਂ ਪਾਣੀ ਵੀ ਜਿਹੜਾ ਆਪਾਂ ਬੋਜਦਾ ਕਰ ਲਈਏ, ਤੇ 500 ਰੁਪਇਆ ਜਿਹੜਾ ਰਾਜੂ ਦੇ ਲਈ, ਰਾਜੂ ਜਿੰਨੇ ਰਸੇ ਲਾਵੇਗਾ ਪਹਿਲੇ ਇੱਕ ਰਸੇ ਲਈ 500 ਰੁਪਇਆ ਪਹਿਲੇ ਨੰਬਰਾਂ ਦੇ ਲਈ ਕਹਿ ਲਈਏ ਬਾਈ ਹੈਪੀ ਉਹਨਾਂ ਦੇ ਵੱਲੋਂ ਵੀ 500 ਦਿੱਤੇ ਜਾਣਗੇ। ਇਹ ਜਿਹੜੇ ਸਾਰੇ ਪੈਸੇ ਹੈ ਇਹ ਮੋਨੂ ਠੇਕੇਦਾਰ ਵੱਲੋਂ 500 ਹੈ, ਰਜਤ ਵੱਲੋਂ 500 ਹੈ, ਗੌਰਵ ਵੱਲੋਂ ਵੀ 500 ਹੈ, ਮਨਜਿੰਦਰ ਸਿੰਘ ਸੋਨੂ 1500 ਰੁਪਈਆ, ਯੁਵਰਾਜ ਵੱਲੋਂ 2000 ਹੈ। ਕੁੱਲ ਮਿਲਾ ਕੇ ਦੱਸੋ ਵੀ ਪੈਸੇ ਬਣੇ ਕਿੰਨੇ ਆ ਗੌਰਵ ਭਾਈ? ਪਾਣੀ ਬੋਜਦਾ ਕਰ ਦਿਓ ਜੀ, ਪਾਣੀ ਵਾਲੇ ਵੀਰ ਨੂੰ ਦੇਖਦੀ ਵੀ ਪਾਣੀ ਜਿਹੜਾ ਆਪਾਂ ਬੋਜਦਾ ਕਰ ਦਈਏ। ਗੋਲ ਪੇਂਟਰ ਦਾ ਧੰਨਵਾਦ ਹੈ, ਰੇਖੀ ਸਾਹਿਬ ਬੜੀ ਸੇਵਾ ਕਰ ਰਿਹਾ ਸਾਡਾ ਵੀਰ। ਮਨਦੀਪ ਸਿੰਘ ਜੀ ਲੱਡੂ ਕਨੇਡਾ ਵਾਲੇ, ਬਹੁਤ ਬਹੁਤ ਧੰਨਵਾਦ ਹੈ ਬਾਈ ਮਨਦੀਪ ਹੋਣਾ ਦਾ, ਮਨਦੀਪ ਸਿੰਘ ਜੀ ਲੱਡੂ ਕਨੇਡਾ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ। 500 ਰਾਜੂ, ਹਾਂ ਰਾਜੂ ਦੇ ਜੱਥੇ ਤੇ ਆਏ ਆ ਮਾਣ ਕਾਰ ਸਾਹਿਬ ਦਾ। ਰੇਖੀ ਸਾਹਿਬ ਕਹਿੰਦੇ ਵੀ ਕਾਰ ਸਾਹਿਬ ਦਾ ਜੱਥਾ ਹੋ ਗਿਆ ਹੈ, ਕਾਰ ਸਾਹਿਬ ਦਾ ਜੱਥਾ ਹੋ ਗਿਆ ਰਾਜੂ ਤੇਰਾ ਹੋਣੇ। ਖੜੇ
ਹਾਂ ਜੀ ਮੈਚ ਆਪਾਂ ਸ਼ੁਰੂ ਕਰ ਦਈਏ ਜੀ ਪਲੀਜ਼। ਹਾਂਜੀ ਨੰਬਰ ਲੈ ਲਓ ਮੈਂ ਕਹਿੰਦਾ ਸਿੱਧੀ 15-2 ਦਾ ਮੈਚ 15-2 ਦਾ ਮੈਚ ਹਾਂਜੀ ਵੀਰ ਜੀ ਜਿਹੜੇ ਵੀਰ ਦੀ ਕਿਸੇ ਦੀ ਡਿਊਟੀ ਨਹੀਂ ਉਹ ਗਰਾਊਂਡ ਦੇ ਬਾਹਰਲੇ ਪਾਸੇ ਹੋ ਜਾਵੇ ਜਿਹੜੇ ਭਰਾਵਾਂ ਦੀ ਡਿਊਟੀ ਲੱਗੀ ਹੈ ਪਲੀਜ਼ ਉਹੀ ਗਰਾਊਂਡ ਦੇ ਵਿੱਚ ਰਹਿਣ ਤੇ ਉੱਧਰ ਸਾਡੇ ਪ੍ਰਵਾਸੀ ਭਾਰਤੀ ਬਲਜਿੰਦਰ ਸਿੰਘ ਯੂ ਐਸ ਏ ਵਾਲੇ ਤੇ ਮਨਜਿੰਦਰ ਸਿੰਘ ਯੂ ਐਸ ਏ ਵਾਲੇ ਹਰਜੀਤ ਸਿੰਘ ਜੀ ਵਾਹੀਆ ਤੇ ਨਾਲ ਹਿੰਮਤ ਸਿੰਘ ਯੂ ਐਸ ਏ ਤੇ ਨਾਲ ਸਾਡੇ ਅਨੁਰਾਗ ਪਾਲ ਯੂ ਐਸ ਏ ਤੋਂ ਮਨਪ੍ਰੀਤ ਗੱਗੀ ਜੀ ਸੁਖਦੀਪ ਸਿੰਘ ਸੁੱਖਾ ਕਨੇਡਾ ਵਾਲਾ ਇਹਨਾਂ ਭਰਾਵਾਂ ਨੂੰ ਵੀ ਮੁਬਾਰਕਬਾਦ ਦਿੱਤੀ ਜਾ ਰਹੀ ਹੈ। ਉੱਧਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਬਜੀਤ ਸਿੰਘ ਜੀ ਡੀ ਐਸ ਪੀ ਸਾਹਿਬ ਕਲੱਬ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਮੁਬਾਰਕਬਾਦ ਦਿੱਤੀ ਜਾ ਰਹੀ ਹੈ। ਨਾਲ ਤਰਨਜੀਤ ਸਿੰਘ ਜੀ ਬੈਂਸ ਦੇ ਡਾਕਟਰ ਭੁਪਿੰਦਰ ਸਿੰਘ ਜੀ ਬਾਈਆ ਮਨਦੀਪ ਸਿੰਘ ਜੀ ਬਿੰਦਾ ਬਾਈਆ ਹਰਜਿੰਦਰ ਸਿੰਘ ਜੀ ਬਾਈਆ ਰਵੀ ਸ਼ਰਮਾ ਜੀ ਦਵਿੰਦਰ ਸਿੰਘ ਹਾਜ਼ਰਾ ਜੀ ਸ਼ਾਮ ਸਿੰਘ ਬਲਜਿੰਦਰ ਸਿੰਘ ਮਨਜਿੰਦਰ ਸਿੰਘ ਤੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਹਿੰਮਤ ਸਿੰਘ ਜੀ ਹਰਜੀਤ ਸਿੰਘ ਬਾਈਆ ਸਾਹਿਬ ਬਲਵੀਰ ਸਿੰਘ ਬਖਤਾਵਰ ਸਿੰਘ ਗੁਰਵਿੰਦਰ ਸਿੰਘ ਜਸਪਾਲ ਸਿੰਘ ਜਰਨੈਲ ਸਿੰਘ ਤੇ ਨਾਲ ਸਾਡੇ ਰਘੁਵੀਰ ਸਿੰਘ ਜੀ ਨਰਿੰਦਰਪਾਲ ਸਿੰਘ ਬਲਦੇਵ ਸਿੰਘ ਯੂਕੇ ਵਾਲੇ ਰਣਜੀਤ ਸਿੰਘ ਜੀ ਜਸਵੀਰ ਸਿੰਘ ਮਨਪ੍ਰੀਤ ਗੱਗੀ ਹੋਣੀ ਤੇ ਸੁਖਦੀਪ ਸਿੰਘ ਸੁੱਖਾ ਕਨੇਡਾ ਵਾਲਾ ਰਿੱਖੀ ਸਾਹਿਬ ਇਹਨਾਂ ਸਾਰੇ ਇਹਨਾਂ ਦੇ ਭਰਾਵਾਂ ਨੂੰ ਮੁਬਾਰਕਬਾਦ ਹੈ ਤੁਹਾਨੂੰ ਵੀ ਮੁਬਾਰਕਬਾਦ ਹੈ। ਫਾਈਨਲ ਮੈਚ ਦੀ ਪਹਿਲੀ ਰੇਡ ਮੈਦਾਨ ਦੇ ਵਿੱਚ ਆ ਗਈ ਹੈ। ਇਹ ਕੌਣ ਹੈ ਰੇਖੀ ਸਿਆਂ ਦੇਸ਼ ਪਹਿਲੀ ਰੇਡ ਦਸ਼ਮੇਸ਼ ਕਬੱਡੀ ਕਲੱਬ ਇਬਨ ਦੀ ਟੀਮ ਦੇ ਵੱਲੋਂ ਮਾਊ ਪਾਰਿਆ ਦੇ ਦਾ ਸੁਨੜਾ ਪਿੰਡ ਹੈ ਲੈ ਕੀਤੇ ਆ। 2 ਨੰਬਰ ਦੇ ਤੇਰੇ ਇਲਾਕੇ ਦੇ ਵਿੱਚ ਅੱਜ ਚਰਚਾ ਹੋ ਰਹੀ ਹੈ ਪਰ ਇਹ ਆ ਉੱਡਣਾ ਕਾਇਲ ਸੰਘਿਆ ਵਾਲਾ ਕੋਸ਼ਿਸ਼ ਕਰ ਰਿਹਾ ਬੱਲੇ 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 ਕਬੱਡੀ 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 ਤਾੜੀਆਂ ਮਾਰਦੇ ਕਬੱਡੀ ਉੱਡਣੇ ਦੇ ਜ਼ੋਰ ਨਾਲ ਇਹ ਆ ਕਾਲੇ ਸੰਘਿਆ ਵਾਲਾ ਉੱਡਣਾ ਰੇਖੀ ਬਾਈ ਕਨੇਡਾ ਦੇ ਵਿੱਚ ਬੱਲੇ ਬੱਲੇ ਕਰਵਾਈ ਆ ਨਾਲ ਸਾਡਾ ਵੀਰ ਹੈਪੀ 26 ਨੰਬਰ ਸੇ ਸ੍ਰੀ ਉਹਨਾਂ ਦੀ ਧੰਨਵਾਦ ਹੈ ਯੁਵਰਾਜ ਉਹਨਾਂ ਦਾ ਨਾਲ ਸਾਡੇ ਕਰਮਵੀਰ ਹੋਣੀ ਲੈ ਰੇਡ ਸ਼ੀਲੇ ਦੀ ਪੈ ਗਈ ਹੈ ਗੌਰਵ ਬਾਈ ਦੇਖ ਸ਼ੀਲਾ ਰੇਡ ਪਾ ਰਿਹਾ ਹੈ ਇਹਨਾਂ ਦੀ ਫੈਨ ਆ ਮੈਂ ਗੋਗੋ ਦਾ ਅੱਜ ਗੋਗੋ ਦੇ ਵੱਡੇ ਮਾਨ ਸਨਮਾਨ ਜਿਹੜੇ ਕੀਤੇ ਜਾਣਗੇ ਲੋ ਰੇਡ ਮੈਦਾਨ ਦੇ ਵਿੱਚ ਪੈ ਗਈ ਹੈ ਗੋਰਾ ਤਿਆਰ ਹੈ ਲਓ ਇਧਰਲੇ ਪਾਸੇ ਪਈ ਹੋ ਰੇਡ ਸਭੀ ਨਾਮ ਦੱਸੀ ਸਰਦਾਰ ਦਾ ਨਾਮ ਕੀ ਆ ਬੱਲੇ ਤਾੜੀਆਂ ਮਾਰਦੇ ਸ਼ੀਲੇ ਲਈ ਜ਼ੋਰਦਾਰ ਲੈ ਸ਼ੀਲਾ ਪੁਆਇੰਟ ਦਾ ਵਾਅਦਾ ਕਰ ਗਿਆ ਅਗਲੀ ਰੇਡ ਪਾਉਣ ਦੇ ਲਈ ਦਸ਼ਮੇਸ਼ ਕਬੱਡੀ ਕਲੱਬ ਇੱਦਣ ਦੀ ਟੀਮ ਦਾ ਖਿਡਾਰੀ ਫੇਰ ਆ ਗਿਆ ਹੈ ਤੇ ਉੱਧਰ ਰਾਜੂ ਦਾ ਜਫਾ ਕਨੇਰਾ ਰੇਖੀ ਸਾਹਿਬ ਕਾਂਡ ਸਾਹਿਬ ਦਾ ਜਫਾ ਰਾਜੂ ਦਾ
ਕਾਰਡ 100 ਰੁਪਏ ਦਾ ਰਿਫੰਡ ਇਧਰਲੇ ਪਾਸੇ ਪੁਆਇੰਟ ਦਸ਼ਮੇਸ਼ ਕਬੱਡੀ ਕਲੱਬ ਦੀ ਟੀਮ ਦੇ ਲਈ ਜਾ ਰਿਹਾ ਹੈ। ਲੈ ਗੁਰਬੇਜ ਸਿੰਘ ਭੇਜਿਆ ਆ ਗਿਆ ਪੱਤੜਾ ਬੜਾ ਰੇਟ ਪਾਉਣ ਦੇ ਲਈ। ਗੁਰਬੇਜ ਸਿੰਘ ਹੈਪੀ 26 ਲੰਬਰ ਸਾਡੇ ਸਰੀਰ ਦਾ ਧੰਨਵਾਦ ਹੈ, ਯਾਰਾਂ ਦਾ ਯਾਰ ਹੈ। ਵਿਸ਼ੇਸ਼ ਤੌਰ ਤੇ ਸਾਡੇ ਬਾਈ ਗੌਰਵ ਉਹਨਾਂ ਦੇ ਨਾਲ, ਕਨਵੀਰ ਉਹਨਾਂ ਦੇ ਨਾਲ ਦੇ ਸਾਡੇ ਬਾਈ ਰੇਖੀ ਉਹਨਾਂ ਦੇ ਨਾਲ ਪਿਆਰ ਹੈ, ਇਸ ਨੌਜਵਾਨ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਲਓ ਰੇਡ ਮੈਦਾਨ ਦੇ ਵਿੱਚ ਦੇਖਾਂਗੇ ਵੀ ਗੁਰਬੇਜ ਸਿੰਘ ਦੀ ਪੈ ਗਈ ਹੈ ਦੇ ਸਾਹਮਣੇ ਚਾਰਾਂ ਦੇ ਵਿੱਚੋਂ। ਲੈ ਵੀ ਇਸ ਖਿਡਾਰੀ ਨੂੰ ਵੀ ਹੈਪੀ ਸਿੰਘ ਲੰਬੜਦਾਰ ਆਖਦੇ ਹੈ। ਲਓ ਲੰਬੜਦਾਰ ਨੇ ਵੀ ਤਾੜੀ ਜ਼ੋਰਦਾਰ ਮਾਰਦੇ ਇੱਕ ਵਾਰੀ। ਨਿਖਲ ਮਲੇਸ਼ੀਆ ਤੋਂ ਰਾਜੂ ਦਾ ਹਰ ਦਫਾ ਜਿਹੜਾ ਇੱਕ 100 ਦਾ ਹੋਊ, ਠੀਕ ਹੈ ਜੀ, ਕਾਰ 100 ਤੋਂ 1200 ਦੀ ਗੱਲ ਆ ਗਈ ਹੈ। ਲਓ ਜੱਗੇ ਦੀ ਰੇਡ ਭਾਜੀ ਗੌਰਵ ਸਿੰਘ ਦੇਖ, ਉਧਰ ਜੱਗਾ ਰੇਡ ਪਾ ਰਿਹਾ ਦੇ ਸਾਹਮਣੇ ਰੇਖੀ ਬਈ ਦੇਖ ਪੈਲੀ ਰੇਡ ਦੇ ਸਾਹਮਣੇ ਚਾਰਾਂ ਦੇ ਵਿੱਚੋਂ ਅਮਨ ਪੱਤੜ, ਅਮਨ ਪੱਤੜ, ਅਮਨ ਪੱਤੜ, ਅਮਨ ਪੱਤੜ ਤੇ ਜੱਗਾ ਬੱਲੇ। ਤੇਜਾ ਸਿੰਘ ਯੂਕੇ ਤੇ ਜਸਵੰਤ ਸਿੰਘ ਜੀ ਯੂਕੇ ਪਿੰਡ ਹਰਦੋ ਫਰਾਲੇ ਵਾਲੇ ਕਹਿੰਦੇ ਹੈ ਜੱਸੀ ਜਿੰਨੇ ਦਫੇ ਲਾਵੇਗਾ ਉਹਨੇ 500-500, ਠੀਕ ਹੈ ਜੀ। ਲੈ ਗੋਗੋ ਆ ਗਿਆ, ਗੌਰਵ ਕਹਿੰਦਾ ਗੋਗੋ ਆ ਗਿਆ ਰੇਡ ਪਾਉਣ ਦੇ ਲਈ। ਲੈ ਗੌਰਵ ਸਿੰਘ ਦੇਖ ਗੋਗੋ ਦੀ ਰੇਡ ਪੈ ਗਈ ਹੈ, ਪੈਸੇ ਕਿਵੇਂ ਕਰ ਦਈਏ, 200 ਕਰ ਦਿਓ ਕਹਿੰਦੇ, 200 ਕਰ ਦਿਓ ਗੋਗੋ ਦੀ ਰੇਡ ਤੇ। ਲੈ ਗੋਗੇ ਦੀ ਰੇਡ ਪੈ ਗਈ ਹੈ ਦੇ ਸਾਹਮਣੇ ਨੰਬਰ, ਰੇਡਰ ਦੇ ਲਈ 200 ਦਾ ਪਹਿਲਾ ਪੁਆਇੰਟ ਸਫਲ ਹੈ। 500 ਰੁਪਈਆ ਹੈਪੀ 26 ਲੰਬਰ ਉਸ ਵੀਰ ਦੇ ਵੱਲੋਂ ਮੇਰੇ ਦਿੱਤੇ ਜਾ ਰਹੇ ਹੈ। ਬਹੁਤ ਬਹੁਤ ਧੰਨਵਾਦ ਇਹਨਾਂ ਭਰਾਵਾਂ ਦਾ ਜਿਹਨਾਂ ਦੇ ਵੱਲੋਂ ਵੱਡੇ ਮਾਨ ਸਨਮਾਨ ਜਿਹੜੇ ਕਬੱਡੀ ਦੇ ਖਿਡਾਰੀਆਂ ਦੇ ਲਈ। ਕੋਈ ਨੀ ਪੈਸੇ ਭਾਈ ਕੋਲ ਹੀ ਫੜੀ ਰੱਖੋ, ਬਹੁਤ ਬਹੁਤ ਧੰਨਵਾਦ। ਲੈ ਰੇਡ ਮੈਦਾਨ ਦੇ ਵਿੱਚ ਬੰਟੀ ਦੀ ਰੇਖੀ ਕਹਿੰਦਾ ਜੀ ਇੱਧਰ ਲੰਬੜ ਜਿੰਨੇ ਜਫੇ ਲਾਵੇਗਾ ਲੰਬੜ ਦਾ ਹਰ ਜਫਾ ਜਿਹੜਾ 100 ਦਾ ਹੋਊ। ਰਾਜੂ ਜਿੰਨੇ ਵੀ ਜਫੇ ਲਾਵੇਗਾ, ਨਿਖਲ ਮਲੇਸ਼ੀਆ ਦੇ ਵਿੱਚ ਸਾਡਾ ਵੀਰ ਦੇਖਿਆ ਉਸ ਵੀਰ ਦੇ ਵੱਲੋਂ ਵੱਡੇ ਮਾਨ ਸਨਮਾਨ ਹੋਣਗੇ। ਲਓ ਰੇਡ ਬੰਟੀ ਦੀ ਤੇ ਪੁਆਇੰਟ ਸਿਰ ਜਿਹੜਾ ਉਹ ਧਾਵੀ ਦੀ ਸੇ ਹੈ। ਲੈ ਵੀ ਹੈਪੀ ਨਿਚਰ ਆ ਗਿਆ ਰੇਡ ਪਾਉਣ ਦੇ ਲਈ ਰੇਖੀ, 5 ਪੁਆਇੰਟ ਜਾਫੀ ਦਾ, ਠੀਕ ਹੈ ਜੀ, 5 ਪੁਆਇੰਟ ਜਾਫੀ ਦਾ ਹੀ ਲਿਖ ਲਿਓ। ਅਗਲੀ ਰੇਡ 500 ਰੁਪਈਆ ਇਸ ਖਿਡਾਰੀ ਦੇ ਲਈ ਹੈਪੀ 26 ਲੰਬੜ ਵੱਲੋਂ ਦਿੱਤੇ ਜਾਣਗੇ। ਨਾਲ ਸਾਡੇ ਯਗਰਾਜ ਲੰਬੜ ਜੀ ਵੀ ਹੈ, ਲਹਿਰੀ ਕਰਨਵੀਰ ਜੀ ਹੈ, ਦੇਖ ਇਧਰਲੇ ਪਾਸੇ ਹੈਪੀ ਮੋਟਾ ਪੁਆਇੰਟ ਆਪਣੀ ਟੀਮ ਦੇ ਲਈ ਲੈ ਕੇ ਆ ਗਏ। ਹਾਂਜੀ ਕਰਮਵੀਰ ਕਹਿੰਦਾ ਵੀ ਕੀਤਾ ਜਿੰਨੇ ਰਫੇ ਲਾਵੇਗਾ ਉਹਨੇ 1-1 ਹਜ਼ਾਰ ਦੇਵਾਂਗੇ। ਲੈ ਵੀ ਕੀਤੇ ਤੇਰੀ ਖੇਡ ਦਾ ਮਾਣ ਸਨਮਾਨ ਸਾਡੇ ਕਰਮਵੀਰ ਦੇ ਵੱਲੋਂ ਕੀਤਾ ਜਾਵੇਗਾ 1 ਹਜ਼ਾਰ ਦੇ ਨਾਲ। ਰੇਡ ਮਾਊ ਦੀ ਪੈ ਗਈ ਹੈ ਤੇ ਚਾਰਾਂ ਦੇ ਵਿੱਚ ਅਮਨ ਪੱਤਰ ਨਾਲ ਕੀਤਾ, ਨਾਲ ਉੱਡਣਾ ਤੇ ਨਾਲ ਕਹਿੰਦੇ ਵੀ ਮੱਲ ਕਾਲੇ ਸੰਘਿਆ ਵਾਲਾ ਤੇ ਇਧਰਲੇ ਪਾਸੇ ਉੱਡਣੇ ਦੇ ਨਾਲ ਮੁਕਾਬਲਾ ਦੇ ਜਾਂਦਾ ਰੇਡਰ ਦਾ। ਪੁਆਇੰਟ ਧਾਵੀ ਦੇ ਲਈ ਸਾਡੇ ਵੀਰ ਕਰਮਵੀਰ ਉਹਨਾਂ ਦੇ ਵੱਲੋਂ ਕਹਿੰਦੇ ਵੀ 1 ਹਜ਼ਾਰ ਕੀਤੇ ਦੇ ਜਫੇ ਦੇ ਨਾਲ ਸਨਮਾਨ ਕੀਤੇ ਜਾਣਗੇ। ਸ਼ੀਲੇ ਦੀ ਰੇਡ ਮੈਦਾਨ ਦੇ ਵਿੱਚ ਪੈ ਗਈ ਹੈ, ਇਹ ਹੈ ਸ਼ੀਲਾ ਕੰਧਾਲੇ ਗੁਰੂ ਵਾਲਾ ਹੈ। ਚੱਲ ਕੰਧਾਲੇ ਗੁਰੂ ਵਾਲੇ ਅੱਗੇ ਬੋਲੇ ਅੱਜ ਪੈਣਾ ਕਾਰਨਾ। ਬਲਜਿੰਦਰ ਸਿੰਘ USA ਵਾਲੇ ਰਾਜੂ ਦਾ ਹਰ ਜਫਾ ਜਿਹੜਾ 2 ਹਜ਼ਾਰ ਦਾ ਹੋਵੇਗਾ, ਠੀਕ ਹੈ ਜੀ, 2 ਹਜ਼ਾਰ ਰੁਪਇਆ ਸਾਡੇ ਵੀਰ USA ਦੇ ਵਿੱਚ ਬੈਠੇ ਉਹਨਾਂ ਭਰਾਵਾਂ ਦੇ ਵੱਲੋਂ ਹੈ। ਰਾਜੂ ਸਿਆ ਤੇਰੇ ਜੱਫੇ ਦੇ ਵੱਡੇ ਮਾਨ ਸਨਮਾਨ ਜਿਹੜੇ ਉਹ ਕੀਤੇ ਜਾ ਰਹੇ ਆ। ਫਾਈਨਲ ਮੈਚ ਚੱਲ ਰਿਹਾ ਇਹਦੇ ਦਿਨ ਦਾ ਹੈ, ਇੱਕ ਪਾਸੇ ਦਸ਼ਮੇਸ਼ ਸਪੋਰਟਸ ਕਲੱਬ ਇੱਧਰ ਦੀ ਟੀਮ ਤੇ ਇੱਕ ਪਾਸੇ ਜੋ ਟੀਮ ਖੇਡ ਰਹੀ ਹੈ ਗੋਬਿੰਦ। ਲੈ ਵੀ ਲੰਬੜਾ ਤੇਰੇ ਲਈ 500 ਆ ਗਿਆ ਸਾਡੇ ਗੌਰਵ ਤੇ ਰੇਖੀ ਬਾਈ ਦੇ ਵੱਲੋਂ, ਤੇਰੇ ਜਿੰਨੇ ਜਫੇ ਹੋਣਗੇ ਲੰਬੜ ਦੇ ਲਈ ਹੈਪੀ 26 ਲੰਬੜ ਵੀ ਦੇਖਦਾ ਵੀ ਆਪਾਂ 500 ਦੇਵਾਂਗੇ ਇਸ ਨੌਜਵਾਨ ਨੂੰ। ਲਓ ਰੇਡ ਗੁਰਪ੍ਰੀਤ ਸਿੰਘ ਦੀ ਪੈ ਗਈ ਹੈ, ਫਾਈਨਲ ਮੈਚ ਕਰਮਵੀਰ ਸਿੰਘ ਇੱਕ ਇੱਕ ਨੰਬਰ ਜਿਹੜਾ ਨੋਟਾ ਵਾਲਾ ਹੈ। ਮੁਬਾਰਕਬਾਦ ਹੈ ਸਮੁੱਚੇ ਪ੍ਰਬੰਧਕਾਂ ਨੂੰ ਵੀ ਜਿਹਨਾਂ ਦਾ ਮੇਲਾ ਐਨ ਸਫਲ ਹੋ ਗਿਆ, ਫਾਈਨਲ ਦੀਆਂ ਰੇਡਾਂ ਜਿਹੜੀਆਂ ਉਹ ਪੈ ਰਹੀਆਂ ਨੇ। ਲਓ ਰੇਡ ਇਸ ਸਮੇਂ ਮੈਦਾਨ ਦੇ ਵਿੱਚ ਗੁਰਪ੍ਰੀਤ ਸਿੰਘ ਪੱਤਰ ਦੀ ਪੈ ਗਈ ਹੈ ਤੇ ਪੁਆਇੰਟ
ਇਸ ਸਮੇਂ ਕੁੱਪੜ ਪਿੰਡ ਦੀ ਟੀਮ ਦੇ ਲਈ ਜੁੜ ਗਏ। ਆ ਗਿਆ ਜੱਗਾ ਰੇਡ ਪਾਉਣ ਦੇ ਲਈ। ਨਗਾ ਸਰਪੰਚ ਜੀ ਫਰਾਲੇ ਤੋਂ ਆਏ ਆ, ਕਹਿੰਦੇ ਵੀ ਜੱਸੀ ਜਿੰਨੇ ਜੱਫੇ ਲਾ ਲਏ ਉਹਨੇ 200-200। ਇਹ ਕਰਮਵੀਰ ਕਹਿ ਰਿਹਾ ਵੀ ਕੀਤਾ ਜਿੰਨੇ ਜੱਫੇ ਲਾ ਲਏ ਉਹਨੇ 1000-1000 ਲਿਆ ਗਏ। ਹਾਂ ਵੀ ਰੇਖੀ ਬਾਈ ਤੁਹਾਡੇ ਵੱਲੋਂ ਕੀ ਹੈ? ਹਾਂ ਲੈ ਵੀ ਸਿੱਖ ਸਰਦਾਰ ਸਾਹਿਬ ਤੇਰੇ ਲਈ ਵੀ 200 ਹੈ ਜੇ ਜੱਫਾ ਲਾ ਦੇਗਾ ਸਾਡੇ ਭਾਈ ਗੌਰਵ। ਤੇ ਰੇਖੀ ਭਰਾ ਦੇ ਵੱਲੋਂ ਜਿਹੜੇ ਵੱਡੇ ਮਾਨਸਰਵਾਰ ਹੋਣਗੇ ਲੰਬਰਦਾਰ ਲਈ 500 ਹੈ। ਤੇ ਸਰਦਾਰ ਦਾ ਨਾਮ ਕੀ ਹੈ ਬਾਈ ਦੱਸੋ ਜਿਹੜਾ ਪਰਲੇ ਪਾਸੇ ਸਰਦਾਰ ਖੇਡ ਰਿਹਾ? ਗੁਲਾਬਾ। ਇਹ ਹੈ ਗੁਲਾਬਾ ਰੇਖੀ ਸਿਆ, ਗੁਲਾਬਾ ਹੈ ਕਰਮਵੀਰ ਸਿਆ। ਗੁਲਾਬਾ ਜੇ ਗੁਲਾਬਾ ਜੱਫਾ ਲਾਵੇ ਤੇ ਗੁਲਾਬੇ ਦਾ ਜੱਫਾ ਵੀ ਜਿਹੜਾ ਉਹ ਕਿੰਨੇ ਦਾ ਹੋਵੇਗਾ ਗੌਰਵ ਭਾਈ? 200 ਦਾ। ਲਾ ਗੋਗੋ ਦੇ ਨੰਬਰ ਲਾ ਕੇ ਆਉਂਦਾ ਤੇ ਗੋਗੋ ਨੂੰ 700 ਦੇਵਾਂਗੇ। ਸਾਡੇ ਵੀਰ ਗੌਰਵ ਨੀ ਕਹਿੰਦੇ ਤੇ ਨੰਬਰ ਰੇਡਰ ਦਾ ਲਾ 700 ਦੀ ਰੇਡ ਪਾ ਕੇ ਗੋਗੋ ਵਾਪਸ ਹੈ। ਅਗਲੀ ਰੇਡ ਬੰਟੀ ਦੀ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ। ਚੱਲ ਵੀ ਬੰਟੀ ਤਾਂ ਉੱਡਿਆ ਰੇਡ ਦੇ ਸਾਹਮਣੇ ਦੇਖਾਂਗੇ ਵੀ ਚਾਰਾਂ ਦੇ ਵਿੱਚ ਹੁਣ ਉੱਡਣਾ ਹੈ। ਨਾਲ ਮੱਲ ਹੈ, ਨਾਲ ਕੀਤਾ ਹੈ, ਨਾਲ ਜੱਸੀ ਹੈ। ਨਗਾ ਸਰਪੰਚ ਜੀ ਵੀ ਆਏ ਆ, ਉਹਨਾਂ ਦੇ ਵੱਲੋਂ ਵੱਡੇ ਮਾਨਸਰਵਾਂ ਜਿਹੜੇ ਦਿੱਤੇ ਜਾਣਗੇ ਜੱਸੀ ਦੀ ਖੇਡ ਤੋਂ। ਤੇ ਬਾਈ ਕਰਮਵੀਰ ਕਹਿ ਰਿਹਾ ਵੀ ਕੀਤਾ ਜੱਫਾ ਲਾਵੇ ਤੇ 1000 ਦੇਣਗੇ। ਰੇਖੀ ਵੀ ਕਹਿ ਰਿਹਾ ਵੀ ਵੱਡੇ ਮਾਨਸਰਵਾਂ ਜਿਹੜੇ ਆਪਾਂ ਦੇਵਾਂਗੇ। ਜਤਿੰਦਰ ਸਾਡਾ ਵੀਰ ਮਾਂ ਬੋਲੀ ਪੰਜਾਬੀ ਦੇ ਲਈ ਬਹੁਤ ਸਾਰੇ ਮਾਣ ਦੇ ਰਿਹਾ, ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਬਾਈ ਜਤਿੰਦਰ ਦਾ। ਮੇਰੇ ਵਾਸਤੇ ਬਹੁਤ ਸਾਰਾ ਮਾਣ ਵਧਿਆ, ਮੈਂ ਆਪਣੇ ਵੱਲੋਂ ਇਹਨਾਂ ਭਰਾਵਾਂ ਦਾ ਧੰਨਵਾਦ ਕਰਦਾ। ਲਓ 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 ਹੈਪੀ ਛੱਬੀ ਲੰਬਰ 500 ਰੁਪਈਆ ਦਿੱਤਾ ਜਾਊਗਾ ਪਰ ਸਾਹਮਣੇ ਵੀਰੋ ਤਾੜੀਆਂ ਵੀਰੋ ਦੀ ਜ਼ੋਰਦਾਰ। ਰੇਖੀ ਬਾਈ ਉਹਨਾਂ ਦੇ ਵੱਲੋਂ ਵੀ ਵੱਡੇ ਮਾਣ ਆਏ ਆ ਮਾਂ ਬੋਲੀ ਪੰਜਾਬੀ ਲਈ ਧੰਨਵਾਦ ਕੀਤਾ ਜਾ ਰਿਹਾ। ਅਗਲੀ ਰੇਡ ਮਾਊਂ ਦੀ ਫੇਰ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ। ਦੇਖ ਵੀ ਗੌਰਵ ਸਿਆ ਇਹਦੇ ਇੱਕ ਇੱਕ ਰੇਟ ਦੇ ਇੱਕ ਜੱਫਾ ਜਿਹੜਾ ਆਇਆ ਨੀ ਕੀਮਤੀ ਬਣਿਆ ਪਿਆ। ਮੰਨੇ ਦਾ ਭਰਾ ਡਾਕਟਰ ਵੀਰੂ ਦੀਆਂ 3 ਰੇਡਾਂ ਕਿਹਦੇ ਦੀਆਂ 600 ਦੀਆਂ ਪੈਣਗੀਆਂ। ਹਰ ਰੇਡ ਜਿਹੜੀ ਹੈ 200 ਦੀ ਹੋਵੇਗੀ। ਅਗਰ ਬਾਈ ਜਤਿੰਦਰ ਉਹਨਾਂ ਦਾ ਧੰਨਵਾਦ ਹੈ, ਬਾਈ ਰੇਖੀ ਉਹਨਾਂ ਦਾ। ਲਾਲਾ ਰੇਖੀ ਜੀ ਉਹਨਾਂ ਦੇ ਵੱਲੋਂ ਵੀਰੂ ਦੀ ਹਰ ਰੇਡ 2000 ਦੀ ਹੈ। ਲੈ ਵੀ ਵੀਰੂ ਸਿਆ ਤੇਰੀ ਹਰ ਰੇਡ 2000 ਦੀ ਹੈ। ਲਾਲਾ ਰੇਖੀ ਜੀ ਉਹਨਾਂ ਦੇ ਵੱਲੋਂ ਹੈਪੀ ਮੋਟੇ ਦੀ ਰੇਡ ਪੈਣ ਜਾ ਰਹੀ। ਹਾਂ ਛੱਬੀ ਹੈਪੀ ਛੱਬੀ ਲੰਬੜ ਉਹਦੇ ਵੱਲੋਂ ਹੈਪੀ ਮੋਟੇ ਦੇ ਲਈ। ਲੈ ਵੀ ਲੰਬੜਾ ਦੇਖ ਇਧਰਲੇ ਪਾਸੇ 500 ਦੀ ਰੇਡ 500 ਰੁਪਈਆ ਦਿੱਤਾ ਜਾਵੇਗਾ। ਹੈਪੀ ਨਿੱਜਰ ਰੇਡ ਪਾ ਰਿਹਾ, ਕੋਈ ਮੋਟਾ ਵੀ ਆਖਦਾ ਹੈ। ਛੱਬੀ ਲੰਬੜ ਵੀ ਦੇਖਦਾ ਸਾਡਾ ਵੀਰ ਵੀ ਗੱਲਾਂ ਕੁਝ ਵੱਖਰੀਆਂ ਨੇ। ਪਰ ਇਧਰਲੇ ਪਾਸੇ ਗੁਲਾਬਾ 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 200 ਰੇਖੀ ਕਹਿਣਾ ਵੀ 200 ਗੁਲਾਬੇ ਨੂੰ ਦੇ ਦਿਓ। ਵੱਡੇ ਮਾਣ ਕਰਦੇ ਕਰਮਵੀਰ ਸਿਆ ਤੁਰ ਦੇਖ ਕਹਿੰਦੇ ਵੀ ਜੇ ਕੀਤਾ ਜੱਫਾ ਲਾਵੇ ਤੇ ਕੀਤੇ ਦਾ ਮਾਨ ਸਨਮਾਨ ਜਿਹੜਾ ਹੈ ਨਾ ਉਹ ਕੀਤਾ ਜਾਵੇਗਾ 1000 ਦੇ ਨਾਲ। ਮਾਣ ਕਰਦਾ ਇਹਨਾਂ ਕਬੱਡੀ ਦੇ ਖਿਡਾਰੀਆਂ ਦੇ ਸਾਡਾ ਵੀਰ ਐਨਕੇ ਦੇ ਨਾਜੋਨ ਦੀ ਪਾਈ ਹੋ ਰੇਡ ਹੈ। ਤੇ ਇਧਰਲੇ ਪਾਸੇ 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 ਕਾਲੇ 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 ਸੰਘਿਆਂ ਵਾਲਾ ਨੌਜਵਾਨ ਕੋਸ਼ਿਸ਼ ਕਰਦਾ ਜੇ ਪੁਆਇੰਟ ਰੇਡਰ ਦੇ ਲਈ। ਸ਼ੀਲਾ ਆ ਗਿਆ ਅਗਲੀ ਰੇਡ ਪਾਉਣ ਦੇ ਲਈ। ਸ਼ੀਲਾ ਕੰਧਾਲੇ ਵਾਲਾ ਲੈ ਵੀ ਸ਼ੀਲੇ ਪਾ ਨੌਜਵਾਨਾਂ ਰੇਡ। ਹਾਂਜੀ ਗੌਰਵ ਤੇ ਹੈਪੀ ਛੱਬੀ ਨੰਬਰ ਕਹਿੰਦੇ ਵੀ ਉੱਡਣਾ ਜਿੰਨੇ ਜੱਫੇ ਲਾਵੇਗਾ ਉੱਡਣੇ ਦੇ ਲਈ 500 ਦਿੱਤੇ ਜਾਣਗੇ। ਧੰਨਵਾਦ ਕੀਤਾ ਜਾ ਰਿਹਾ। ਤੇ ਇਧਰਲੇ ਪਾਸੇ ਰੇਡ ਮੈਦਾਨ ਦੇ ਵਿੱਚ ਸ਼ੀਲੇ ਦੀ ਪੈ ਗਈ ਹੈ। ਲੈ ਪੈਂਦੀ ਹੈ ਰੇਡ ਦੇ ਸਾਹਮਣੇ ਹਲਕਾ ਜਿਹਾ ਹੱਥ ਲਾ ਕੇ ਪੁਆਇੰਟ ਸ਼ੀਲਾ ਫਿਰ ਮੈਦਾਨ ਦੇ ਵਿੱਚ ਆ ਗਏ। ਹਾਂ ਉੱਡਣੇ ਦਾ ਇੱਕ ਜੱਫੇ ਦਾ 500 ਲੈ ਵੀ ਉੱਡਣਾ ਤੇਰਾ ਇੱਕ ਜੱਫਾ ਬਾਈ ਇਹਨਾਂ ਦੇ ਵੱਲੋਂ 500 ਦਾ ਹੋਵੇਗਾ ਗੌਰਵਾਂ ਦੇ ਵੱਲੋਂ। ਤੇ ਮੇਰੀ ਬੇਨਤੀ ਹੈ ਵੀ ਪੈਸੇ ਜਿਹੜੇ ਸਿੱਧੇ ਪਲੇਅਰਾਂ ਨੂੰ ਗੌਰਵ ਬਾਈ ਜੀ ਸਿੱਧੇ ਪਲੇਅਰਾਂ ਨੂੰ ਪੈਸੇ ਭੁਗਤੇ ਕਰ ਦਿਓ। ਤੇ ਸਪੇਅਰ ਪਲੇਅਰ ਮੈਂ ਹੁਣੇ ਬੇਨਤੀ ਕਰਦਾ ਸੁਖਿਆ ਵੀ ਸਪੇਅਰ ਪਲੇਅਰ ਜਿਹੜਾ ਉਹ ਇੱਧਰ ਆ ਕੇ ਖੜ ਜਾਵੇ, ਵੱਡੇ ਮਾਨ ਸਨਮਾਨ ਦਿੱਤੇ ਜਾਣਗੇ। ਲੈ ਵੀ ਗੌਰਵ ਦੇਖ ਇਧਰਲੇ ਪਾਸੇ ਉੱਡਣੇ ਦੇ ਨਾਲ ਪੰਗਾ ਪੈ ਗਿਆ। ਹੁਣ ਦੇਖਾਂਗੇ ਸੱਜੇ ਖੱਬੇ ਤੇ ਕਾਲੇ ਸੰਘਿਆ ਵਾਲਾ ਨਹੀਂ ਜੱਫਾ ਲਾ ਸਕਿਆ ਨੰਬਰ ਰੇਡਰ ਦੇ ਲਈ।
उधर साढ़े तेजा सिंह यूके वाले जसवंत सिंह यूके वाले वालों जस्सी का जेड़ा हर जफा है वह 500 रुपए का होगा। इधर गुरपेज सिंह रेड मैदान पै गई है, गुरपेज सिंह पत्तर रेड पा रहे हैं, चारा के गोरी नाल नौजवान कुंडी तैयार है, नाल साबी तैयार है, ते नाल देखांगे भी गुलाबा। पर इधर पासे पासे मुकाबला गोरे दे नाल हो गया, ते नंबर गुरपेज सिंह भीर पत्तर अपनी टीम दे अंदर वाधा कर गए। बंटी नी रेड, बंटी कबड्डी पाउंडरी बढ़ गया, लैरी कीते आ करमवीर देखदा है भाई तेरा एक जफा जरा 1000 का हो उड़ने का, एक जफा 500 का हो। साडे भरावां दे वल्लों पर इधर पासे पत्तर कलाना अमन कोशिश करता है, ते नंबर रेडर दे लई पॉइंट जिहड़ा है वह धावी दे लई। अगली रेड गोगो आ गया, गरल देख जम शेर वाला गोगो आ गया रेड पाउण दे लई, धीरे ने जिहड़ा उहनां दे वल्लों ते लवी कपूर थले दे वल्लों कहिंदे इस नौजवान दा बुलट दे नाल मान सम्मान खैरे माझे दे कबड्डी कप दे कीता जाएगा जिन्हें रेड पाई है। ते सामने देखांगे वी चार ने हुण चारा दे विचों जे लंबर जफा ला दे गरल सिंह फिर भी मान रेखी सिट ते जाणगे। लाओ इधरले पासे लंबर 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 मलिया वाला ताड़िया जोर लंबर लई किन्ने मारा रेखी जी 500 दे रहे हो, कहिंदे भी इस नौजवान नूं बार बार धन्नवाद है। 500 पैसे सीधे प्लेयर तक पुजदे कीते जा रहे, धन्नवाद इहनां भरावां दा। लै माउं दी रेड है, करमवीर सिंह कीते दा एक जफा जिहड़ा किन्ने दा उह 1000 दा है। इधर साडा भाई गौरव कहिंदा वी उड़ने दे जफे दा जिहड़ा मान सम्मान 500 दा मेरे दी रेखी वल्लों जिहड़ा होवेगा, नाल हैप्पी 26 नंबर इस भरा दे वल्लों वड्डे मान कीते जाणगे। लै वी साडा करमवीर कहिंदा वी वीरू जिन्ने नंबर लै के आवेगा वीरू दा हर नंबर 2000 दा होऊ। 2000 दी रेड मैदान दे विच पै रही है, देवी करमवीर सिंह एक 2000 दी रेड है, पिंड नूं माण है नौजवान दे उपर आने वाले समय दा टक्कर खिलाड़ी तानिया जोरदार। लाओ अपनी टीम दे लई अकरा वादा कर गया वीरू, हर रेड वीरू दी जिहड़ी साडे भरा करमवीर दे वल्लों कहिंदे 2000 दी होवेगी, कीते दा एक जफा 1000 दा होवेगा। लाओ रेड मैदान दे विच पै गई है, सामने देखांगे वी पई हो रेड, ते सामने काले संघिआं दा उड़ना जिहड़े जिहड़े उड़ने दे सारे कोई ताड़ियां जोर दे मारो वीरू लई। लै वी हैप्पी 26 नंबर ते गौरव सिंह एक 500 रुपया जिहड़ा उड़ने दा, हां उड़ने दा 500 जिहड़ा दे दिओ जी उड़ने नूं, उड़ने का 500 आ गया उड़ने के लिए। हाँ अगली रेड फिर कंधाले वाले शीले की मैदान के पै रही है, यह है कंधाले गुरु वाला शीला रेड पाने लिए मैदान के बढ़ गया है। चारा के देखांगे भी लंबरदार कोशिश करता है ते नंबर रेडर दे लई, इसे दे नाल हाफ समा जिहड़ा इस मैच का है, ते हाफ समय के स्कोर की ने रजत कदैत वाला 200 रुपया वीरू दे लई पुजदा कर गया, धन्नवाद है भाई। स्कोर की ने, हां जी 11 नंबर देशमेश कबड्डी क्लब किबण दे, 17 नंबर जिहड़े कुकड़ पिंड दे बख्शीश पत्तर भी आ गया, धन्नवाद है। हाँ जी 10 ते 11 जिहड़ी वह तरीक है मार्च की, वह पत्तरकारां दे खेड मेले की है साबी नारवे जी, उन्होंने वालों सबनों प्यार भरे सदे दिते जा रहे भी पिंड पद्धर के मुकाबले होणगे। एक खिलाड़ी बख्शीश सिंह बाहरों खेडेगा, 53-44 प्राइज होगा, सबनों प्यार भरे सदे भी 11 तरीक
10 ਤੇ 11 ਮਾਰਚ ਪੱਤਣ ਕਲਾਂ ਦੇ ਖੇਡ ਮੇਲੇ ਦੀ ਸਾਡੇ ਸਾਧੀ ਭਾਈ ਉਹਨਾਂ ਦੇ ਵੱਲੋਂ ਜਿਹੜੇ ਨਾਲਗੇ ਦੇ ਵਿੱਚ ਇਹਨਾਂ ਦੇ ਪੱਕੇ ਦੇ ਰਹੇ ਹੈ ਤੇ ਪੱਤਣਾਂ ਵਾਲੇ ਬਖਸ਼ੀਸ਼ ਦੇ ਨਾਲ ਜਿਹਨਾਂ ਦੀ ਯਾਰੀ ਹੈ ਫੱਟੇ ਦੇ ਗੱਡੇ ਕਿਲਰ ਦੀ ਹਾਂ ਲੱਡੂ ਭਾਜੀ ਬਿੰਦਾ ਭਾਜੀ ਤੇ ਪਿੰਡੀ ਭਾਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਵੀਰੂ ਦੀ ਰੇਡ ਜਿੰਦਰ ਤੇ ਹੈਪੀ ਜਿੰਦਰ ਤੇ ਹੈਪੀ ਵੱਲੋਂ 5000 ਆ ਵੀਰੂ ਦੀ ਰੇਡ 5000 ਇੱਕ 5000 ਜਿੰਦਰਾਂ ਦੇ ਸਹਿਕਾਰੀਆਂ ਕਰਮਵੀਰ ਵੱਲੋਂ ਵੀ 2000 ਹੈ ਇਹ 7000 ਦੀ ਰੇਡ ਪਈ ਹੈ ਤੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਲਿਆ ਰੇਖੀ ਸਾਹਿਬ ਐਨ ਸਿਰਾ ਲੱਗਿਆ ਪਿਆ ਫਾਈਨਲ ਮੈਚ ਜਿਹੜਾ ਨੋਟਾਂ ਦੀ ਵਰਖਾ ਹੋ ਰਹੀ ਹੈ ਮਾਂ ਬੋਲੀ ਪੰਜਾਬੀ ਲਈ ਵੀ ਸਾਡੇ ਭਰਾ ਵੱਡੇ ਮਾਣ ਦੇ ਰਹੇ ਹੈ ਮੈਂ ਆਪਣੇ ਵੱਲੋਂ ਵੀ ਇਹਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਈ ਜਿੰਦਰ ਉਹਨਾਂ ਦਾ ਰੇਖੀ ਉਹਨਾਂ ਦਾ ਜਿਹੜੇ ਵੱਡੇ ਸਨਮਾਨ ਦੇ ਰਹੇ ਹੈ ਲੈ ਪਈ ਫਿਰ ਰੇਡ ਆਓ ਬੱਲੇ 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 ਜੱਗਾ 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 ਤੇ ਮੱਲ ਮੱਲ ਤੇ ਜੱਗਾ ਮੱਲ ਤੇ ਜੱਗਾ ਤੇ ਪੁਆਇੰਟ ਰੇਡ ਦਾ ਪੁਆਇੰਟ ਜੱਗੇ ਦਾ ਅਰੇ ਰੇਡ ਜਮਸ਼ੇਦ ਵਾਲੇ ਗੋਗੋ ਦੀ ਪੈਣ ਜਾ ਰਹੀ ਹੈ ਇਹ ਹੈ ਜਮਸ਼ੇਦ ਵਾਲਾ ਗੋਗੋ ਜਿਹੜਾ ਰੇਡ ਪਾ ਰਿਹਾ ਲੈ ਜਮਸ਼ੇਦ ਵਾਲੇ ਗੋਗੋ ਦੀ ਕਬੱਡੀ ਦੇ ਨੂੰ ਕੌਣ ਖੱਲ ਪਾ ਦੇਗਾ ਚਾਰਾਂ ਦੇ ਵਿੱਚੋਂ ਮੰਗਾ ਸਰਪੰਚ ਦੀ ਕਿਆ ਬਾਤ ਹੈ ਸਰਪੰਚ ਸਾਹਿਬ ਫਰਾਲੇ ਵਾਲੇ ਆਏ ਹੈ ਕਹਿੰਦੇ ਵੀ ਜੱਸੀ ਦਾ ਇੱਕ ਜੱਫਾ ਕਿਵੇਂ ਦਾ ਜੀ 1000 ਦਾ ਸਰਪੰਚ ਸਾਹਿਬ ਉਹਨਾਂ ਦੇ ਵੱਲੋਂ ਕਿਆ ਬਾਤ ਹੈ 1000 ਰੁਪਇਆ ਸਰਪੰਚ ਸਾਹਿਬ ਉਹਨਾਂ ਦੇ ਵੱਲੋਂ ਜੱਸੀ ਦਾ ਇੱਕ ਜੱਫਾ ਇਧਰ ਬੰਟੀ ਦੀ ਰੇਡ ਹੈ ਤੇ ਚਾਰਾਂ ਦੇ ਵਿੱਚੋਂ ਹਲਕਾ ਜਿਹਾ ਹੱਥ ਲਾ ਕੇ ਪੁਆਇੰਟ ਫਿਰ ਜਿਹੜਾ ਬੰਟੀ ਆਪਣੀ ਟੀਮ ਦੇ ਲਈ ਜੋੜ ਗਿਆ ਲੈ ਵੀ ਕਰਮਵੀਰ ਸਿੰਘ ਖੁਸ਼ ਹੈ ਵਧੀਆ ਮੈਚ ਜਿਹੜਾ ਚੱਲ ਰਿਹਾ ਹੈ ਸਿੰਘ ਦੀਪ ਤੇ ਕਰਮਵੀਰ ਸਾਡੇ ਭਰਾ ਦੇ ਵੱਲੋਂ ਸੁਖੇ ਕੋਟ ਵਾਲੇ ਦਾ ਇੱਕ ਜਫਾ ਕਰਮਵੀਰ ਸਿੰਘ ਕਿੰਨੇ ਇਸ਼ਾਰਾ ਮਾਰਦੇ 2000 ਯੁਵਰਾਜ ਲੰਬੜ ਸੁਖਵੀਰ ਸਿੰਘ ਵੀਰ ਹਰਪ੍ਰੀਤ ਸਿੰਘ ਹੈਪੀ ਛੱਬੀ ਲੰਬੜ ਹਰਪ੍ਰੀਤ ਸਿੰਘ ਹੈਪੀ ਜੀ ਵੀਰੋ ਜੀ ਹਰ ਰੇਟ ਜਿਹੜੀ ਉਹ 3000 ਦੀ ਹੋਵੇਗੀ ਇਹਨਾਂ ਭਰਾਵਾਂ ਦੇ ਵੱਲੋਂ ਬਹੁਤ ਮਾਣ ਹੈ ਸਾਨੂੰ ਇਹਨਾਂ ਵੀਰਾਂ ਦੇ ਉੱਪਰ ਜਿਹਨਾਂ ਦੇ ਵੱਡੀ ਵੱਡੀ ਰਾਸ਼ੀ ਜਿਹੜੀ ਕਬੱਡੀ ਦੇ ਨਾਂ ਪਿੰਡ ਦੇ ਖਿਡਾਰੀਆਂ ਨੂੰ ਦਿੱਤੀ ਜਾ ਰਹੀ ਹੈ ਕਰਮਵੀਰ ਸਿੰਘ ਦੇਖ ਉਧਰ ਜੇ ਕੋਟ ਵਾਲਾ ਸੁੱਖਾ ਜਫਾ ਲਾਵੇ ਕਹਿੰਦੇ ਵੀ ਸਾਡੇ ਵੱਲੋਂ 2000 ਦਿੱਤਾ ਜਾਵੇਗਾ ਲਾ ਪੈਂਦੀ ਹੋਈ ਰੇਡ ਤੇ ਸਾਹਮਣੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਉੱਡਣਾ ਤਿਆਰ ਹੈ ਪੱਟਣਾ ਦਾ ਅਮਨ ਤਿਆਰ ਹੈ ਤੇ ਨਾਲੇ ਕਹਿੰਦੇ ਵੀ ਸਾਡਾ ਵੀਰ ਸਾਧੀ ਨਾਰਵੇ ਵਾਲਾ ਕਹਿੰਦਾ ਵੀ 11 ਮਾਰਚ ਜਿਹੜੀ ਹੈ ਪੱਤਣ ਕਲਾਂ ਦੇ ਖੇਡ ਮੇਲੇ ਦੀ ਹੈ ਇੱਕ ਖਿਡਾਰੀ ਬਾਹਰੋਂ ਖੇਡੇਗਾ 31-41 ਪ੍ਰਾਈਜ਼ ਹੋਵੇਗਾ ਤੇ 500 ਰੁਪਇਆ ਜਿਹੜਾ ਹਰ ਇੱਕ ਨੰਬਰ ਤੇ ਨੋਟਾਂ ਦਾ ਮੀਂਹ ਵਧਾਵਾਂਗੇ ਅਸੀਂ ਵੀ ਆਪਣੇ ਨਗਰ ਦੇ ਵਿੱਚ ਇੱਧਰ ਵੀਰੋ ਆ ਗਿਆ ਰੇਡ ਪਾਉਣ ਦੇ ਲਈ ਵੀਰੋ ਦੀ ਰੇਡ ਕਰਮਵੀਰ ਜੀ ਕਿਵੇਂ ਦੀ ਹੈ 2000 ਸਾਡੇ ਵੀਰ ਕਰਮਵੀਰ ਦੇ ਵੱਲੋਂ ਇਸ ਨੌਜਵਾਨ ਦੀ ਰੇਡ ਦੇ ਉੱਪਰ ਤੇ 3000 ਰੁਪਇਆ ਸਾਡੇ ਬਾਈ ਗੌਰਵ ਹੋਣਾ ਨੇ ਅਨਾਊਂਸ ਕਰਵਾਇਆ ਲਓ 5000 ਦੀ ਰੇਡ ਗੌਰਵ ਐਨ ਧੰਨ ਧੰਨ ਹੋ ਗਈ ਹੈ ਐਨ ਧੰਨ ਧੰਨ ਹੋ ਗਈ ਹੈ ਸਰਪੰਚ ਵੀ ਤਾੜੀਆਂ ਮਾਰਦਾ ਹੈ ਬੇਨ ਵਧੀਆ ਮੈਚ ਜਿਹੜਾ ਚੱਲ ਰਿਹਾ ਅਗਲੀ ਰੇਡ ਮੈਦਾਨ ਦੇ ਵਿੱਚ ਫਿਰ ਪੈ ਗਈ ਹੈ ਤੇ ਚਾਰ ਜਾਫੀ ਜਿਹੜੇ ਉੱਧਰ ਐਨ ਤਿਆਰ ਨੇ ਲੈ ਵੀ ਲੰਬਰ ਕਰਦੇ ਕੰਡ ਗੌਰਵ ਨਹੀਂ ਦੇਖ ਰਿਹਾ ਵੀ ਲੰਬਰ ਦੇ ਵੀ ਮਾਣ ਕਰਨੇ ਹੈ ਬਹੁਤ ਬਹੁਤ ਧੰਨਵਾਦ ਹੈ ਗੌਰਵ ਬਾਈ ਦਾ ਲਓ ਲਓ ਰੇਡ ਪੈ ਗਈ ਹੈ ਦੇ ਸਾਹਮਣੇ ਬੱਲੇ 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 ਇਹ ਮੱਲ ਦਾ ਜਫਾ ਹੈ ਕਾਲੇ ਸੰਘਿਆ ਵਾਲੇ ਦਾ ਹੈਪੀ ਰੇਖੀ ਤੇ ਜਤਿੰਦਰ ਸਾਡਾ ਵੀਰ ਬਹੁਤ ਬਹੁਤ ਧੰਨਵਾਦ ਹੈ ਬਾਈ ਜਤਿੰਦਰ ਦਾ 10000 ਦੀ ਰੇਡ ਵੀਰੋ ਦੀ ਕਹਿੰਦਾ ਪਵਾ ਦਿਆਂਗੇ ਹੁਣ ਜੀ ਵੀਰੋ ਨੰਬਰ ਲੱਗ ਗਿਆ ਵੀ ਜਤਿੰਦਰ ਬਾਈ ਬਹੁਤ ਬਹੁਤ ਧੰਨਵਾਦ ਹੈ ਜਤਿੰਦਰ ਬਾਈ ਹੱਥ ਖੜਾ ਕਰਿਓ ਇੱਕ ਵਾਰੀ ਜਤਿੰਦਰ ਬਾਈ ਹੈ ਕਿੱਥੇ ਬਹੁਤ ਬਹੁਤ ਧੰਨਵਾਦ ਜੀ ਜਤਿੰਦਰ ਜੀ ਤੁਹਾਡਾ ਕਹਿੰਦੇ ਵੀ 10000 ਦੀ ਰੇਡ ਪਵਾ ਦਿਆਂਗੇ ਵੀਰੋ ਦੀ ਅੱਜ
ਇਹ ਟਾਈਮ ਆਉਣ ਦੇ ਮਿੱਤਰਾਂ ਦਾ ਤੇਰੇ ਨਾਂ ਤੇ ਨੋਟ ਚਲਾ ਦੇਵਾਂਗੇ। ਅੱਜ ਉਹ ਗੱਲ ਬਣ ਗਈ ਇਸ ਮੇਲੇ ਦੇ ਵਿੱਚ ਵੱਡੇ ਮਾਨ ਸਨਮਾਨ ਦਿੱਤੇ ਜਾ ਰਹੇ ਹੈ। ਸਰਬੰਸ ਸਾਹਿਬ ਦੇਖੋ ਤੁਹਾਡੇ ਪਿੰਡ ਦਾ ਜੱਸੀ ਖੇਡਦਾ ਹੈ, ਜੇ ਜੱਸਾ ਲਾਵੇ ਤੇ ਕਹਿੰਦੇ ਇੱਕ ਹਜ਼ਾਰ ਕਰਮੀ ਸਿਆ। ਹੁਣ ਰੇਡ ਕਿਹਦੀ ਹੈ? ਇਹ ਰੇਡ ਘਨਾਲੇ ਵਾਲੇ ਸ਼ੀਲੇ ਦੀ ਪੈਣ ਜਾ ਰਹੀ ਹੈ, ਘਨਾਲੇ ਵਾਲੇ ਸ਼ੀਲੇ ਦੀ ਰੇਡ ਇਸ ਸਮੇਂ ਮੈਦਾਨ ਦੇ ਵਿੱਚ ਗੌਰਵ ਸਿਆ ਪਈ ਹੈ ਤੇ ਚਾਰ ਨੇ ਉਹ ਚਾਰਾਂ ਦੇ ਵਿੱਚੋਂ ਕਾਂ ਜੱਸਾ ਲਾਵੇਗਾ, ਇੱਕ ਪਾਸੇ ਗੁਲਾਬਾ ਤਿਆਰ ਹੈ। ਪਰ ਆਹ ਦੇਖਾਂਗੇ ਵੀ ਨਾਜ਼ਰ ਅਮਨ ਕੋਸ਼ਿਸ਼ ਕਰਦਾ ਹੋਇਆ ਡੱਗਣ ਦੀ ਬੱਲੇ 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 ਜ਼ੋਰ ਤੇ ਜਵਾਨੀ ਦੋਵੇਂ ਉਮਰਾਂ ਦੀ ਖੇਡ ਇਹਦੇ ਵਿੱਚ ਹੁੰਦਾ ਯਾਰ ਉਸਾਨਾ ਵਾਲਾ ਧੀਰ ਵਰਨ ਸੱਪ ਦੇ ਯੁਵਰਾਜ। ਇਹ 100 ਰੁਪਈਆ ਕਿਹਦੇ ਲਈ? ਵੀਰੂ ਦੇ ਲਈ ਹੈ। ਲੈ ਵੀ ਬਾਈ ਇਹ ਵੀਰੂ ਦੇ ਪੈਸੇ ਜਿਹੜੇ ਫੜ ਲਓ ਲਾਓ। ਰੇਡ ਮੈਦਾਨ ਦੇ ਵਿੱਚ ਪੈ ਗਈ ਹੈ ਤੇ ਸਾਹਮਣੇ ਚਾਰਾਂ ਦੇ ਵਿੱਚੋਂ ਹਾਂਜੀ ਵੀਰੂ ਨੇ 100 ਰੁਪਈਆ ਦੇਗਾ। ਹਾਂ ਹਾਂ ਠੀਕ ਹੈ ਬਾਈ, ਧੰਨਵਾਦ ਹੈ ਸਾਰੇ ਭਰਾ ਦਾ। ਤਾਈ ਹੋ ਰੇਡ ਤੇ ਸਾਹਮਣੇ ਦੇਖਾਂਗੇ ਵੀ ਮੱਲ ਮੱਲ ਕਾਲੇ ਸੰਗਿਆਂ ਬਾਰਾਂ ਤੇ ਜੱਗਾ, ਪਰ ਪੁਆਇੰਟ ਜੱਗੇਗਾ, ਜੱਗੇ ਨੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਲਿਆ ਹੈ। ਲੈ ਗੋਗੋ ਆ ਗਿਆ ਜਮਸ਼ੇਰ ਵਾਲਾ ਰੇਡ ਪਾਉਣ ਦੇ ਲਈ ਗੌਰਵ ਸਿਆ। ਕਿੰਨੇ ਪਾਸੇ ਹੈ ਇਸ ਰੇਡ ਤੇ? ਹਾਂ ਰੇਖੀ ਬਾਈ ਕਹਿੰਦੇ ਹੈ, ਨਾਲ ਗੌਰਵ ਹੋਣੀ ਕਹਿੰਦੇ ਹੈ, ਹੈਪੀ 26 ਨੰਬਰ ਕਹਿੰਦੇ ਵੀ 500 ਦੀ ਰੇਡ, 500 200 ਪਲੱਸ 700 ਦੀ ਰੇਡ ਹੈ। ਹਾਂ 200 ਪਲੱਸ 300 500 ਦੀ ਰੇਡ। ਲਾ ਬੱਲੇ ਲੰਬਰ ਲੰਬਰਦਾਰ ਦਾ ਜੱਸਾ ਹੈ, ਲੰਬਰਦਾਰ ਨੇ ਜੱਸਾ ਲਾਇਆ। ਲੈ ਵੀ ਰੇਖੀ ਸਿਆ ਕਰ ਨੌਜਵਾਨ ਦੀ ਮਾਣ, ਲੈ ਵੀ ਲੰਬੜਾ ਮਾਨ ਸਨਮਾਨ ਆਪਣੇ ਲੈ ਜਾਵਾਂਗੇ। ਹਾਂਜੀ ਗੌਰਵ ਸਾਡੇ ਭਰਾ ਦੇ ਵੱਲੋਂ ਤੇ ਰੇਖੀ ਵੀਰ ਦੇ ਵੱਲੋਂ 500 ਆਇਆ। ਉਧਰ ਜਿੰਦਰ ਦੇਖਦਾ ਹੈ ਕਹਿੰਦੇ ਵੀ ਵੀਰੂ ਦੀ ਇੱਕ ਰੇਡ ਜਿੰਦਰ ਸਿਆ ਕਿੰਨੇ ਦੀ? 10,000 ਦੀ ਪਵਾ ਦਿਆਂਗੇ, ਇਹਨੇ 10,000 ਦੀ ਰੇਡ ਪਵਾ ਦਿਆਂਗੇ ਅੱਜ ਵੀਰੂ ਦੀ ਇੱਕ। ਲਓ ਰਾਜੂ ਵੀ ਖੜ ਗਿਆ ਆ ਕੇ, ਸਰਪੰਚ ਸਾਹਿਬ ਇਹ ਹੈ ਜੱਸੀ ਦਾ ਜੱਸਾ ਲਾ ਗਿਆ, ਕੱਢੋ 1,000 ਰੁਪਈਆ, 1,000 ਰੁਪਈਆ ਇਹ ਜੱਸੀ ਦੇ ਲਈ ਸਾਡੇ ਮੰਗਾ ਸਰਪੰਚ ਜੀ ਹੁਣਾਂ ਦੇ ਵੱਲੋਂ। ਲੈ ਵੀ ਨੌਜਵਾਨਾਂ ਜੱਸੀ ਦੇ ਪੈਸੇ ਹੈ, ਜੱਸੀ ਤੱਕ ਪਹੁੰਚਦੇ ਘਰ ਦੇ। 1,000 ਰੁਪਈਏ ਦਾ ਜੱਸਾ ਜਿਹੜਾ ਲੱਗ ਗਿਆ ਅਗਲੀ ਰੇਡ ਪਾਉਣ ਦੇ ਲਈ ਵੀਰੂ ਆ ਗਿਆ ਹੈ। ਲੈ ਵੀਰੂ ਦੀ ਰੇਡ ਧਾਰੀ ਹੈ 10,000 ਦੀ, ਜਿੰਦਰ ਸਾਡੇ ਵੀਰ ਦੇ ਵੱਲੋਂ ਤੇ ਨਾਲ ਬਾਈ ਕੀ ਨਾਮ ਹੈ ਹੈਪੀ ਰੇਖੀ, ਹੈਪੀ ਰੇਖੀ ਦੇ ਜਿੰਦਰ ਵੱਲੋਂ 10,000। ਹਾਂ ਨਿਖਲ ਮਲੇਸ਼ੀਆ ਵਾਲਾ ਉਸ ਵੀਰ ਦੇ ਵੱਲੋਂ ਵੀ ਰਾਜੂ ਦੇ ਲਈ, ਰਾਜੂ ਦੇ ਲਈ ਮਾਨ ਸਨਮਾਨ ਆ ਜਾਏਗਾ। ਧੰਨਵਾਦ ਹੈ, ਜਿੰਨੇ ਜੱਫੇ ਲਾਵੇਗਾ ਰਾਜੂ ਵੱਡੇ ਮਾਨ ਸਨਮਾਨ ਦਿੱਤੇ ਜਾਣਗੇ। ਲਓ ਪੈਂਦੀ ਹੋ ਰੇਡ, ਪੈਂਦੀ ਹੋ ਰੇਡ ਦੇ ਸਾਹਮਣੇ ਦੇਖਾਂਗੇ ਵੀ ਨੌਜਵਾਨ ਬੱਲੇ 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 ਕਬੱਡੀ 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 ਤੇ ਨੰਬਰ ਰੇਡਰ ਦਾ ਇਹ ਹੈ ਸਨੀ। ਹੈਪੀ ਰੇਖੀ ਵੱਲੋਂ ਰਾਜੂ ਦਾ ਇੱਕ ਜੱਸਾ ਜਿਹੜਾ ਹੈ ਉਹ 5,000। ਲੈ ਵੀ ਸਨੀ ਕਬੱਡੀ ਦੇ ਲਈ ਰੇਡਰ ਦੇ ਲਈ ਹੈ ਬਾਈ। ਲੈ ਵੀ ਬੰਟੀ ਤੇਰੇ ਲਈ 100 ਰੁਪਈਆ ਆ ਗਿਆ ਰੇਖੀ ਭਰਾ ਵੱਲੋਂ। ਇਹ ਫੜਾ ਦਿਓ ਪੈਸੇ ਸਿੱਧੇ, ਬਾਅਦ ਵੱਡੇ ਜਿਹੜੇ ਮਾਨ ਸਨਮਾਨ ਕੀਤੇ ਜਾ ਰਹੇ। ਅਗਲੀ ਰੇਡ ਸ਼ੀਲੇ ਦੀ ਮੈਦਾਨ ਦੇ ਵਿੱਚ ਪੈ ਗਈ ਹੈ, ਕਿੰਨੇ ਕੁ ਨੰਬਰਾਂ ਦਾ ਫਰਕ ਹੈ ਬਾਈ। ਐਨ ਆਖਰੀ ਪੜਾਅ ਦੇ ਵਿੱਚ ਜਿਹੜਾ ਮੈਚ ਚੱਲ ਰਿਹਾ ਇੱਕਣ ਦੇ ਕੋਪਰ ਪਿੰਡ ਦਾ ਜਿਹੜਾ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ। ਹਾਂਜੀ ਗੌਰਵ ਜੀ ਹਾਂਜੀ 26 ਹੈਪੀ 26 ਨੰਬਰ ਤੇ ਗੌਰਵ ਮੋਢੇ ਦੇ ਲਈ ਕਿੰਨਾ ਬਈ? 300 ਰੁਪਈਆ ਹੈਪੀ ਮੋਢੇ ਦੇ ਲਈ ਹੋਵੇਗਾ। ਲਓ ਰੇਡ ਮੈਦਾਨ ਦੇ ਵਿੱਚ ਪੈ ਗਈ ਤੇ ਸਾਹਮਣੇ ਜੱਸੀ ਬੱਲੇ 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 ਨੰਬਰ ਰੇਡਰ ਦਾ ਫਿਰ ਮੈਦਾਨ ਦੇ ਵਿੱਚ ਪੁਆਇੰਟ ਧਾਰੀ ਦੇ ਲਈ ਆ ਗਿਆ। ਲੈ ਵੀ ਜਮਸ਼ੇਰ ਵਾਲਿਆ ਪਾ ਨੌਜਵਾਨਾਂ ਰੇਡ ਗੋਗੋ ਆ ਗਿਆ ਜਮਸ਼ੇਰ ਦੀ ਧਰਤੀ ਦਾ ਰੇਡ ਪਾਉਣ ਦੇ ਲਈ। ਧੀਰੇ ਨਿੱਜ ਉਹਨਾਂ ਨੂੰ ਮਾਣ ਹੈ ਨੌਜਵਾਨ ਦੀ ਖੇਡ ਦੇ ਉੱਪਰ, ਲਵੀ ਉਹਨਾਂ ਨੂੰ ਮਾਣ ਹੈ ਇਸ ਨੌਜਵਾਨ ਦੀ ਰੇਡ ਦੇ ਉੱਪਰ। ਹਾਂ ਸਾਡੇ ਵੀਰ ਗੌਰਵ ਤੇ ਹੈਪੀ 26 ਨੰਬਰ ਦੇ ਵੱਲੋਂ 500 ਨੌਜਵਾਨ ਗੋਗੋ ਦੇ ਲਈ ਆਇਆ। ਧੰਨਵਾਦ ਲੈ ਵੀ ਗੋਗੋ ਤੇਰਾ ਮਾਨ ਸਨਮਾਨ ਜਿਹੜਾ 500 ਦੇ ਨਾਲ ਹੈ ਸਾਡੇ ਭਾਈ ਗੌਰਵ ਉਹਨਾਂ ਦੇ ਵੱਲੋਂ।
ਹੁਣ ਕਰਮਵੀਰ ਕਹਿ ਰਿਹਾ ਵੀ ਇੱਕ ਹਜ਼ਾਰ ਕੀਤੇ ਦਾ ਤੇ ਸੱਖੇ ਦਾ ਜੱਸਾ ਜਿਹੜਾ ਹੈ 2000 ਦਾ ਹੋ ਜਾਏਗਾ। ਕਰਮਵੀਰ ਸਾਡਾ ਵੀਰ ਕੋਕਰ ਪਿੰਡ ਵਾਲਾ ਕਹਿ ਰਿਹਾ ਵੀ ਵੱਡੇ ਮਾਨ ਸਨਮਾਨ ਲਿਆ ਕੇ ਜੇ ਰਾਜੂ ਜੱਸਾ ਲਾਵੇ ਤੇ ਹੈਪੀ ਰੇਖੀ ਵੱਲੋਂ 5000 ਰੁਪਈਆ 600 ਪਹਿਲਾਂ 5000 ਹੋਣ ਤੇ 11000 ਰੁਪਈਏ ਦਾ ਜੱਸਾ ਲੱਗੂ। ਪਰ ਇਹ ਸੁੱਖਾ ਲਾਲ ਸੁੱਖਾ 2000 ਕਰਮਵੀਰ ਦੇ ਵੱਲੋਂ ਦਿੱਤਾ ਜਾਵੇਗਾ। ਕਬੱਡੀ 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 ਤਾੜੀਆਂ ਜ਼ੋਰਦਾਰ। ਵਾਹ ਸਾਰਾ ਮੇਲਾ ਗੂੰਜ ਉੱਠੇ ਹੈ। ਹਾਂਜੀ ਕੀ ਨਾਂ ਦੀ ਲੱਗੀ? ਹਾਂ ਤਰਸੇਮ ਸਿੰਘ ਯੂਕੇ ਵਾਲੇ ਤੇ ਜਸਵੰਤ ਸਿੰਘ ਯੂਕੇ ਵਾਲੇ ਉਹਨਾਂ ਦੇ ਵੱਲੋਂ 500 ਆਇਆ ਫਰਾਲੇ ਤੋਂ ਜਿਹੜੇ ਸਾਡੇ ਵੀਰ ਨੇ 500 ਦੀ ਰਸੀਦ ਲਈ। ਹਾਂਜੀ ਜਿੰਦਰ ਸਾਡੇ ਵੀਰ ਦੇ ਵੱਲੋਂ ਜਿਹੜਾ ਵੀਰ ਨੂੰ ਜੱਫਾ ਲਾ ਦਿਓ ਜਾਫੀ ਨੂੰ 500 ਦਿੱਤਾ ਦਿਓ। ਹਾਂਜੀ ਸਿੰਘ ਦੀਪ ਦੇ ਵੱਲੋਂ 200 ਹੋਰ ਦਿੱਤਾ ਜਾਵੇਗਾ। ਹੁਣ ਸੁੱਖੇ ਦਾ ਇੱਕ ਜੱਫਾ ਜਿਹੜਾ ਹੈ ਉਹ 2200 ਦਾ ਹੋਊ। ਬਰਸਿਆਂ ਦੇਖ ਇੱਧਰ ਇੱਕ ਇੱਕ ਜੱਫਾ ਜਿਹੜਾ ਵੱਡੇ ਵੱਡੇ ਨੰਬਰਾਂ ਦਾ ਹੋ ਗਿਆ, ਇੱਕ ਇੱਕ ਜੱਫਾ ਜਿਹੜਾ ਨੋਟਾਂ ਵਾਲਾ ਹੋ ਗਿਆ। ਲਓ ਰੇਟ ਪੈ ਗਈ ਹੈ ਤੇ ਸਰੀ ਦਾ ਜੱਫਾ ਪੁਆਇੰਟ ਕੁੱਕਰ ਪਿੰਡ ਦਾ। ਯੁਵਰਾਜ ਲੰਬੜ ਹੈਪੀ ਛੱਬੀ ਲੰਬੜ ਦੇ ਵੀਰ ਸਾਡਾ ਵੀਰ ਤੇ ਹੈਪੀ ਭਲਾਉਣੀ ਵੀਰੂ ਦੀਆਂ ਰੇਟਾਂ ਤੇ ਕਿੰਨੇ ਲਾ ਦੀ ਹੈ ਬਾਈ ਜੀ? 3000 ਕਿਹਨੇ ਵੀਰੂ ਲਈ? ਲਾ ਇਧਰਲੇ ਪਾਸੇ ਲੰਬੜਦਾਰ ਦੇ ਨਾਲ ਮੁਕਾਬਲਾ ਹੋ ਗਿਆ। ਲੰਬੜਦਾਰ ਬੱਲੇ ਬੱਲੇ ਬਿੱਲੂ ਦੇ ਲੰਬੜਦਾਰ ਪਰ ਪੁਆਇੰਟ ਜਿਹੜਾ ਹੈ ਉਹ ਰਿਸ਼ਵ ਦੇ ਲੀਡਰ ਦੇ ਲਈ ਹੈ। ਲਓ ਪੁਆਇੰਟ ਧਾਰੀ ਦੇ ਲਈ। ਅਗਲੀ ਮਾਂ ਦੀ ਰੇਡ ਹਾਂਜੀ ਜੇ ਕੁਲਜੀਤਾ ਜੱਫਾ ਲਾਵੇ ਤੇ ਕਰਮਵੀਰ ਭਾਰੀ ਹੋਣੀ। ਹੁਣ ਕਹਿ ਰਹੇ ਵੀ 2000 ਦਿਆਂਗੇ ਕੁਲਜੀਤੇ ਨੂੰ ਵੀ। ਸੁਖੇ ਦਾ ਇੱਕ ਜੱਫਾ 11000 ਰੁਪਈਏ ਦਾ ਬੱਲੇ 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 ਸਾਹਿਬ ਦੇਖ ਐਨ ਟਿਕਾਣੇ ਦੇ ਆ ਕੇ ਨਿਸ਼ਾਨਾ ਮਾਰਿਆ ਤਾੜੀਆਂ ਜ਼ੋਰਦਾਰ ਮਾਰ ਦੇ ਇੱਕ ਵਾਰੀ ਰਾਜੂ ਨੇ 11000 ਰੁਪਈਏ ਦਾ ਜੱਫਾ ਹੈ। ਕਰਮਵੀਰ ਸਾਹਿਬ ਪੈਸੇ ਜਿਹੜੇ ਇਕੱਠੇ ਕਰਕੇ ਰਾਜੂ ਤੱਕ ਆਪਾਂ ਪੁਲੇ ਕਰ ਲਿਆਂਗੇ। ਲਾ ਰੇਡ ਬਿੱਲੂ ਦੀ ਜਿੰਦਰ ਭਾਈ ਖੁਸ਼ ਹੈ 11000 ਦਾ ਜੱਫਾ ਜਿਹੜਾ ਲਵਾਤਾ ਅੱਜ। ਰੇਖੀ ਭਾਈ ਖੁਸ਼ ਹੋ, ਗੌਰਵ ਭਾਈ ਖੁਸ਼ ਹੋ ਪੂਰੇ ਐਨ ਬਿੱਲੂ ਦੇ ਲਈ ਵੀ ਮੰਗਾ ਸਰਪੰਚ ਜੀ ਕਹਿੰਦੇ 100 ਹੈ। ਹੈਪੀ ਰੇਖੀ ਤੇ ਝਿੰਦਰ ਵੱਲੋਂ ਬਿੱਲੂ ਦੀ ਰੇਡ 20000 ਰੁਪਈਏ ਦੀ ਹੋ ਗਈ। ਹੈਪੀ ਰੇਖੀ ਤੇ ਸਾਡਾ ਬਾਈ ਜਿੰਦਰ ਕਹਿੰਦਾ ਵੀ ਵੀਰੂ ਦੀ ਇੱਕ ਰੇਡ 20000 ਦੀ ਜੇ ਵੀਰੂ ਨੰਬਰ ਲੈ ਕੇ ਆਵੇ ਤੇ 20000 ਰੁਪਈਆ ਦੇਵਾਂਗੇ। ਲਾ ਬਾਈ ਫਿਰ ਰੇਡ ਤੇ ਕੁਲਜੀਤਾ ਦੇ ਜੱਫਾ ਲਾਵੇ ਤੇ ਕਰਮਵੀਰ ਵੱਲੋਂ 2000 ਹੋਊ ਪਰ ਪੁਆਇੰਟ ਜਿਹੜਾ ਲੀਡਰ ਦੇ ਲਈ ਹੈ। ਹਾਂ ਅਗਲੀ ਰੇਡ ਕਿਹੜੀ ਹੈ? ਲੈ ਵੀ ਨਾਜੁਨ ਵੀਰੂ ਪਾ ਕਬੱਡੀ ਤੇਰੀ ਇੱਕ ਰੇਡ ਜਿਹੜੀ ਉਹ 20000 ਦੀ ਹੈ ਜੇ ਨੰਬਰ ਲੈ ਕੇ ਅੱਜ ਵੀ 20000 ਦਿੱਤਾ ਜਾਵੇਗਾ। 20000 ਰੁਪਈਆ ਜਿੰਦਰ ਤੇ ਹੈਪੀ ਰੇਖੀ ਵੱਲੋਂ। ਕਿਉਂ ਵੀ ਹੈਪੀ ਸਾਹਿਬ ਖੁਸ਼ ਹੈ ਐਨ ਕਹਿੰਦਾ ਮਾਲਕ ਦੀ ਬੜੀ ਕਿਰਪਾ 20000 ਦੀ ਰੇਡ ਹੈ। ਯੁਵਰਾਜ ਲੰਗ ਲੰਬੜ ਤੇ ਹੈਪੀ ਲੰਬੜ ਜੇ ਰਾਜੂ ਜੱਫਾ ਲਾਵੇ ਤੇ 5000 ਦਿਆਂਗੇ ਪਰ ਇਧਰਲੇ ਪਾਸੇ 20000 ਦੀ ਰੇਡ। ਹੈਪੀ ਰੇਖੀ ਦੇ ਜਿੰਦਰ ਬਾਈ ਵੱਲੋਂ ਰਾਜੂ ਨੂੰ 20000 ਦਿੱਤਾ ਜਾਵੇਗਾ। ਲਾ ਬੱਲੇ 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 ਵਾਹ ਕਿਆ ਬਾਤ ਹੈ। ਇਹ ਖੜ ਖੜ ਰਹਿੰਦੇ ਲੋਕੀ ਸਾਹ ਜੱਟ ਨੂੰ ਤੇ ਰੋਕਣੇ ਯਾਰ ਆਉਂਦੇ ਨੇ ਤੂਫਾਨ ਜੱਟ ਨੂੰ। ਹਾਂਜੀ 1000 ਰੁਪਈਆ ਸਾਡੇ ਬਾਈ 500 ਰੁਪਈਆ ਹੈਪੀ ਤੇ ਜਿੰਦਰ ਵੱਲੋਂ 500 ਰੁਪਈਆ ਆ ਗਿਆ ਸਨਾਜਾਂ ਦੇ ਲਈ।
ਲੈ ਵੀ ਜਲਾਬਿਆ ਪੈਸੇ ਦੇ ਸਾਲਾ ਹਾਂ ਇਸੇ ਦੇ ਨਾਲ ਮੈਂ ਵੀ ਸਮਾਪਤੀ ਫਸਟ ਟੀਮ ਕਿਹੜੀ ਹੈ ਜੀ ਰਾਮ ਸਿਆਮ ਸਮਾਪਤੀ ਹੋ ਗਈ ਹੈ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਇੱਧਰ ਦੇ ਪੁਆਇੰਟ 22 ਦੇ ਕੁੱਕੜ ਪਿੰਡ ਦੇ 33 ਤਾੜੀਆਂ ਜ਼ੋਰਦਾਰ ਕੁੱਕੜ ਪਿੰਡ ਦੇ ਨਾਂ ਤੇ 33 ਬਣ ਰਹੇ ਨੇ ਲਾ ਜੀ ਕੈਮਰਾ ਤਾਰ ਕੇ ਇੰਪਨ ਦੇ 24 ਤੇ ਕੁੱਕੜ ਪਿੰਡ ਨੇ ਦਿੱਤੀ ਜੀ ਬਹੁਤ ਵਧੀਆ ਮੈਚ ਹੋਇਆ ਜੀ ਸਾਰਿਆਂ ਨੇ ਬਹੁਤ ਵਧੀਆ ਮੈਚ ਹੋਇਆ ਕੁੱਕੜ ਪਿੰਡ ਪਹਿਲਾ ਨਾਮ 47,000 ਸੀ ਕੁੱਕੜ ਪਿੰਡ ਭਾਈ ਹੋ ਚੱਲਦਾ ਲੈਟ ਬਹੁਤ ਹੀ ਵਧੀਆ ਮੈਚ ਦੇਖਣ ਨੂੰ ਮਿਲਿਆ ਜੀ ਬਹੁਤ 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 ਧੰਨਵਾਦ ਜੀ ਤੁਹਾਡਾ ਭਾਜੀ ਦੇ ਰੁਪਏ ਟੀਮ ਲੈ ਕੇ ਆਉਣ ਦਾ ਬੱਤੀ ਮਾਂ ਸੰਤ ਬਾਬਾ ਗੁਰਬਖਸ਼ ਸਿੰਘ ਯਾਦਗਾਰੀ ਪੇਂਡੂ ਖੇਡ ਮੇਲਾ ਅੱਜ ਸੰਪੂਰਨ ਹੋ ਗਿਆ ਜੀ 4 ਦਿਨਾਂ ਦਾ ਸਫ਼ਰ ਅੱਜ ਆਪਣੇ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਰਿਹਾ ਜੀ ਸੰਪੂਰਨ ਹੋ ਗਿਆ ਸੰਪੂਰਨ ਹੋ ਗਿਆ
ਸਰਦੂਰ ਸਿੰਘ ਰੰਧਾਵਾ ਸਾਹਿਬ ਸਾਡੀ ਕੋਲ ਦਾ ਉਹਨਾਂ ਦਾ ਸਨਮਾਨ ਕਰਨਾ ਜੀ। ਹਾਂਜੀ ਉਹਨਾਂ ਦਾ ਸਨਮਾਨ ਕਰਨਾ ਆਪਣੇ ਕੋਲ ਸਾਹਿਬ ਆਏ ਹੋਏ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਉਹ ਆਪਣਾ ਟਾਈਮ ਕੱਢ ਕੇ ਸਾਡੇ ਕੋਲ ਆਏ ਤੇ ਸਾਡੇ ਇੱਥੇ ਪਲੇਅਰਾਂ ਦੀ ਹੌਸਲਾ ਅਫਜਾਈ ਕੀਤੀ। ਅੰਪਾਇਰਾਂ ਦਾ ਵੀ ਮਾਨ ਸਨਮਾਨ ਕਰਨਾ ਜੀ ਕਰਦੀ ਬਹੁਤ ਧੰਨਵਾਦ ਕੋਸਾ ਤੁਹਾਡਾ ਤੁਸੀਂ ਟਾਈਮ ਕੱਢ ਕੇ ਆਏ ਆ ਹੌਸਲਾ ਅਫਜਾਈ ਕੀਤੀ ਇੱਥੇ ਸਾਰੇ ਪਲੇਅਰਾਂ ਦੀ ਗੋਬਿੰਦ ਸਪੋਰਟਸ ਕਲੱਬ ਵੱਲੋਂ ਇਹਨਾਂ ਦਾ ਮਾਨ ਸਤਿਕਾਰ ਕੀਤਾ ਜਾ ਰਿਹਾ ਜੀ। ਬੱਤੀ ਮਾਨ ਸੰਤ ਬਾਬਾ ਗੁਰਦਾਸ ਸਿੰਘ ਯਾਦਗਾਰੀ ਪੇਂਡੂ ਖੇਡ ਮੇਲਾ ਅੱਜ ਸੰਪੂਰਨ ਹੋ ਗਿਆ। ਚਾਰ ਦਿਨਾਂ ਦਾ ਸਫ਼ਰ ਚੱਲ ਕੇ ਹਾਕੀ ਦੇ ਬਹੁਤ ਹੀ ਖੂਬਸੂਰਤ ਮੈਚ ਦੇਖਣ ਨੂੰ ਮਿਲੇ। ਕੱਲ ਮੌਸਮ ਦਾ ਥੋੜਾ ਡਰ ਸੀ ਪਰ ਬਹੁਤ ਵਧੀਆ ਰਹਿ ਗਿਆ ਸਾਰਾ ਪ੍ਰੋਗਰਾਮ। ਕੀਤਾ ਜਮਸ਼ੇਰ ਸੁਰਜੀਤ ਚਾਚੋਵਾਲ ਤੋਂ ਬਾਅਦ ਆਏ ਸੀ ਉਹ ਵੀ ਜੀ ਕੁਲਜੀਤਾ ਪ੍ਰਤਾਪਪੁਰ ਜੁਵਾ ਰਾਜਨ ਮਾਨਸਾ ਹੋ ਰਿਹਾ ਮਨਜੋਤ ਚਾਚੋਵਾਲ ਤੋਂ ਬਾਅਦ ਕੁਲਜੀਤ ਪ੍ਰਤਾਪਪੁਰ ਉਸ ਤੋਂ ਬਾਅਦ ਜੀ ਸੁਖਾ ਕੋਟ ਇੱਕ ਸਾਡੇ ਗੁਰਦਾਸ ਸੂਬੇਦਾਰ ਨਰਿੰਦਰ ਸਿੰਘ ਜੀ ਅਸੀਂ ਉਹਨਾਂ ਦਾ ਵੀ ਸਨਮਾਨ ਕਰਨਾ ਬਹੁਤ ਬਹੁਤ ਧੰਨਵਾਦ ਆ ਜੀ ਉਹਨਾਂ ਦਾ ਨਿਊਜ਼ੀਲੈਂਡ ਵਾਲੇ ਆ ਜੀ ਹੁਣ ਤਾਂ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਦੀ ਦਿਸ਼ਾ ਸੰਦੇਸ਼ਾ ਟੂਰਨਾਮੈਂਟ ਦੇ ਵਿੱਚ ਬਹੁਤ ਵਧੀਆ ਅਸੀਂ ਸਾਰੇ ਨੌਜਵਾਨਾਂ ਨੇ ਕੀਤਾ। ਸੂਬੇਦਾਰ ਨਰਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ। ਆ ਜਾਓ ਕੀ ਮੇਰੇ ਗੋਗੋ ਜਮਸ਼ੇਰ ਗੋਗੋ ਜਮਸ਼ੇਰ ਲਾਲੀ ਮਿਠਾਪੁਰ ਉਸ ਤੋਂ ਬਾਅਦ ਮੋਟਾ ਲੱਲੀਆਂ ਜੀ ਆਪਣੇ ਆਪ ਪਾਜੀ ਨਾਲ ਆਈ ਜਾਓ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜਗਨੀ ਕੋਟ ਬਿਲੋ ਚੱਟਵਾਲ ਇੱਕ ਜੀ ਸਾਡੇ ਨਾ ਪਿੰਡ ਦਾ ਨੌਜਵਾਨ ਬਹੁਤ ਸੋਹਣੀ ਦਸਤਾਰ ਬੰਨਦਾ ਮੁਕਾਬਲੇ ਵੀ ਜਿੱਤ ਗਿਆ ਗੁਰਵਿੰਦਰ ਸਿੰਘ
ਬਹੁਤ ਇਹਨੇ ਪਹਿਲਾ ਨੰਬਰ ਲਿਆ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਦਸਤਾਰ ਮੁਕਾਬਲੇ ਦੇ ਵਿੱਚ ਗੁਰਵਿੰਦਰ ਸਿੰਘ ਪੂਰੇ ਪੰਜਾਬ ਦਾ ਪਹਿਲੇ ਨੰਬਰ ਤੇ ਆਇਆ, 55,000 ਰੁਪਇਆ ਨੇ ਦਿੱਤਿਆ ਤੇ ਪਿੰਡ ਦਾ ਨਾਮ ਉੱਚਾ ਕੀਤਾ ਜੀ ਗੁਰਵਿੰਦਰ ਸਿੰਘ। ਮਾਣ ਹੈ ਜੀ ਇਹਨਾਂ ਦੇ ਜਿਹੜੇ ਦਸਤਾਰ ਦਾ, ਇੰਨਾ ਸੋਹਣਾ ਆਪਣੇ ਪੰਜਾਬ ਦੇ ਦਸਤਾਰਾਂ ਦਾ ਨਾਮ ਉੱਚਾ ਕਰਦੇ, ਬਹੁਤ ਬਹੁਤ ਏਦਾਂ ਹੀ ਹੁਕਮ ਨਾਲ ਅੱਗੇ ਹੋ ਰਹੇ ਹੁਣ ਇੰਡੀਆ ਚੋਂ ਆਉਣ ਲਈ ਪਹਿਲੇ ਨੰਬਰ ਤੇ ਸੀ ਇਹੀ ਕਰਦੇ ਵੀ। ਸਾਡੇ ਗੁਰਪ੍ਰੀਤ ਸਿੰਘ ਆ ਇੱਥੇ ਆਪਣੇ ਆਪ ਨੂੰ ਕਹਿੰਦੇ ਹੋ ਵੀ ਗੁਰਪ੍ਰੀਤ ਸਿੰਘ ਹਾਂਜੀ, ਇਹਨਾਂ ਨੇ ਵੀ ਟੂਰਨਾਮੈਂਟ ਵਿੱਚ ਬਹੁਤ ਮਿਹਨਤ ਕੀਤੀ, ਸਾਰਾ ਹਾਕੀ ਦਾ ਸਾਡਾ ਸਾਡੇ ਬਹੁਤ ਹੀ ਮਾਣ। ਇੱਦਾਂ ਹੀ ਰਲ ਮਿਲ ਗਿਆ ਜੀ ਸਾਰਿਆਂ ਦੇ ਸਹਿਯੋਗ ਨਾਲ ਇਹ ਸੰਪੂਰਨ ਹੋ ਗਿਆ ਪਹਿਲੀ ਵਾਰੀ ਹੋਇਆ ਜੀ ਕੁੱਕੜ ਪਿੰਡ ਦੇ ਟੂਰਨਾਮੈਂਟ ਚ ਮੀਂਹ ਨੀ ਪਿਆ, ਬਚਾ ਰਿਹਾ ਲਾਗੇ ਸਾਗੇ ਪੈ ਗਿਆ, ਨਹੀਂ ਤਾਂ ਪਿੰਡ ਮੀਂਹ ਜ਼ਰੂਰ ਪੈਂਦਾ ਹੁੰਦਾ। ਪਹਿਲੀ ਵਾਰੀ ਲਾਈਵ ਟੂਰਨਾਮੈਂਟ ਵੀ ਪਹਿਲੀ ਵਾਰੀ ਹੋਇਆ ਜੀ ਕੁੱਕੜ ਪਿੰਡ, ਤੇ ਅੱਗੇ ਤੋਂ ਵੀ ਏਦਾਂ ਆਊਗਾ। ਅਵਤਾਰ ਭਾਜੀ ਆਪਣੇ ਆਉਣਗੇ ਜੀ, ਆ ਜਾਓ ਅਵਤਾਰ ਭਾਜੀ ਦੇ ਬੇਟਾ ਆ ਜਾਓ, ਉਹ ਵੀ ਬਹੁਤ ਸਹਿਯੋਗ ਦਿੱਤਾ ਸਾਨੂੰ ਜੀ, ਸਾਰਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਪ੍ਰਧਾਨ ਸਾਹਿਬ ਨੇ ਡੇਟਾ ਅਨਾਊਂਸ ਕਰ ਲਿਆ ਜੀ, ਫਰਵਰੀ ਦਾ ਲਾਸਟ ਵੀਕ ਜਿਹੜਾ ਹੋਊਗਾ ਐਂਡ ਉਹ ਐਤਵਾਰ ਤੇ, ਉਹਦੇ 3 ਦਿਨ ਹੋਰੇ, 4 ਦਿਨ ਦਾ ਟੂਰਨਾਮੈਂਟ ਹੋਊਗਾ ਜੀ ਇਹ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਇੱਥੇ ਆਇਆ ਦਾ। ਹਾਂਜੀ ਵਿਸ਼ਵਾਸ ਦੀ ਕਰਦੇ ਜਕਾਰਾਂ ਨਾਲ ਵੀ ਬੋਲ ਸੋ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।